ਸਤਿ ਸ਼੍ਰੀ ਅਕਾਲ ਜੀ। ਅਸੀਂ ਖੜੇ ਹਾਂ ਇੱਥੇ ਕੁੰਡਲੀ ਬਾਰਡਰ ਤੇ ਮੋਰਚੇ 'ਚ ਤੇ ਆ ਲਾਈਵ ਦੇ ਚੱਕਰ 'ਚ ਬੜਾ ਵੱਡਾ ਯੁੱਧ ਜਿਹਾ ਹੋ ਕੇ ਹਟਿਆ ਹੁਣ ਸਾਡੇ। ਉਹ ਬੇਅੰਤ ਨਹੀਂ ਕਰੀ, ਬੇਅੰਤ ਨਹੀਂ, ਠੀਕ ਹੈ ਇਹ ਬਾਈ ਸਾਡਾ ਜਿਹੜਾ ਯੋਧਾ ਇਧਰ ਜੀਤ ਨਹੀਂ ਵੀ ਕਰਦੇ, ਇਹ ਦੋਵੇਂ ਆਪਸ ਚ ਲੜ ਪਏ ਸੀ, ਮੈਂ ਮਸਾਂ ਛਡਾਏ। ਸੋ ਨਹੀਂ ਜੀ ਨਹੀਂ, ਚਲੋ ਚੜ੍ਹਦੀ ਕਲਾ ਚ ਹੀ ਰਹਿੰਦੇ ਆ ਸਿੰਘ, ਆਪਸ ਚ ਕਈ ਵਾਰੀ ਸਿੰਘ ਵੀ ਫਸਾ ਲੈਂਦੇ ਆ ਪਰ ਫਿਰ ਕੱਢ ਕੁੱਟ ਲੈਂਦੇ ਆ। ਸੋ ਸੀਰੀਅਸ ਨੋਟ ਤੇ ਆਪਾਂ ਗੱਲ ਕਰਦੇ ਹਾਂ। ਇੱਕ ਤਾਂ ਗੱਲ ਇਹ ਸਾਡੇ ਲਈ ਦੱਸਣੀ ਸੰਗਤ ਨੂੰ ਬਹੁਤ ਜ਼ਰੂਰੀ ਆ ਵੀ ਪੰਜਾਬ ਨੇ ਜਿਹੜਾ ਆਪਦਾ ਕਿਰਦਾਰ ਸੀ ਉਹ ਇੱਕ ਵਾਰੀ ਫਿਰ ਪ੍ਰੂਫ ਕਰਤਾ। ਪੰਜਾਬ ਨੇ ਇਹ ਦਿਖਾਤਾ ਵੀ ਅਸੀਂ ਜਮਾਂ ਜਿਹੜੀ ਝੰਡੀ ਉਸ ਭਲਵਾਨ ਦੀ ਵੀ ਸਭ ਤੋਂ ਤਕੜਾ ਉਹਦੀ ਉਹ ਝੰਡੀ ਫੜਦੇ ਹਾਂ। ਦੇਖੋ ਸਰਕਾਰ ਦੇ ਆਗੂ ਜਾਂ ਸਰਕਾਰ ਮੋਦੀ ਅਮਿਤ ਸ਼ਾਹ ਜਿੰਨੀ ਐਰੋ ਕੈਂਸ ਉਹਨਾਂ 'ਚ ਸੀ, ਜਿੰਨਾ ਹੰਕਾਰ ਉਹਨਾਂ 'ਚ ਸੀ, ਅਤੇ ਸਾਡੇ ਨਾਲ ਜਦੋਂ ਮੱਥਾ ਲਾਇਆ ਤਾਂ ਜਿਸ ਤਰ੍ਹਾਂ ਅਸੀਂ ਆ ਕੇ ਦਿੱਲੀ ਘੇਰੀ ਬੈਠੇ ਹਾਂ ਇੱਕ ਇਤਿਹਾਸਿਕ ਗੱਲ ਆ, ਆਮ ਗੱਲ ਨਹੀਂ ਆ, ਇਹ ਵਰਤਾਰਾ ਬੜਾ ਇਤਿਹਾਸਿਕ ਆ। 237 ਸਾਲਾਂ ਬਾਅਦ ਇਹ ਵਰਤਾਰਾ ਵਾਪਰਿਆ ਅਤੇ ਮਹਾਰਾਜ ਦੀ ਕਲਾ ਹੀ ਵਾਪਰੀ ਆ। ਇੱਥੇ ਤੁਸੀਂ ਦੇਖੋ ਅਸੀਂ ਅੱਜ ਗੱਲ ਇਹੀ ਕਰ ਰਹੇ ਸੀ ਵੀ ਜਿਸ ਤਰ੍ਹਾਂ ਦਾ ਮਾਹੌਲ ਆ, ਜਿਵੇਂ ਸੰਗਤਾਂ ਆ ਰਹੀਆਂ ਚੜ੍ਹਦੀ ਕਲਾ 'ਚ ਸੰਗਤਾਂ ਆ ਰਹੀਆਂ, ਲੰਗਰ ਲੱਗ ਰਹੇ ਆ, ਨਾਮ ਜਪਿਆ ਜਾ ਰਿਹਾ, ਇਹੋ ਜਿਹੇ ਮਾਹੌਲ ਅਸੀਂ ਸੁਣਦੇ ਹੀ ਹੁੰਦੇ ਸੀ ਵੀ ਪੁਰਾਤਨ ਸਮਿਆਂ 'ਚ ਜਦੋਂ ਗੁਰੂ ਮਹਾਰਾਜ ਕਿਤੇ ਜਾ ਕੇ ਆਪਦਾ ਡੇਰਾ ਲਾਉਂਦੇ ਆ ਅਤੇ ਉੱਥੇ ਐਂ ਸੰਗਤਾਂ ਜੁੜ ਜਾਂਦੀਆਂ ਸੀ, ਜਿੱਥੇ ਕੋਈ ਪੂਰਨ ਸਾਧੂ ਆ ਕੇ ਆਪਦਾ ਵਾਸ ਕਰਦਾ ਉੱਥੇ ਇਹੋ ਜਿਹਾ ਬਰਕਤ, ਇਹੋ ਜਿਹੀ ਰਹਿਮਤ, ਇਹੋ ਜਿਹੀ ਰੂਹਾਨੀਅਤ ਫਿਰ ਵਰਸਦੀ ਆ। ਸੋ ਇਹ ਜਮ੍ਹਾਂ ਹੀ ਉਹ ਮਾਹੌਲ ਸਿਰਜਿਆ ਜਾ ਰਿਹਾ। ਇੱਥੇ ਕਈ ਲੋਕ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਨੇ ਕੋਈ ਆਪਦੇ ਦੂਜੇ ਕੋਈ ਮਨਸੂਬੇ ਲੈ ਕੇ ਆਇਆ ਹੋਵੇ ਜਾਂ ਉਹਨਾਂ 'ਚ ਕੁਛ ਇੰਪਿਓਰਿਟੀ ਹੋਵੇ, ਪਰ ਜਦੋਂ ਇੱਥੇ ਆ ਕੇ ਇਸ ਸਰੋਵਰ 'ਚ ਆ ਕੇ ਇਸ਼ਨਾਨ ਕਰਦੇ ਆ ਅਤੇ ਉਹ ਇੰਪਿਓਰਿਟੀ ਉਹਨਾਂ 'ਚੋਂ ਖਤਮ ਹੋ ਜਾਂਦੀ ਆ, ਉਹ ਬੜੇ ਪਿਓਰ ਅਤੇ ਇੱਕ ਚੰਗੇ ਇਨਸਾਨ ਬਣ ਕੇ ਇੱਥੋਂ ਵਾਪਸ ਜਾਂਦੇ ਆ। ਸੋ ਪੰਜਾਬ 'ਚ, ਹਰਿਆਣੇ 'ਚ, ਯੂਪੀ 'ਚ ਜਿੱਥੇ ਵੀ ਕੋਈ ਬੰਦਾ ਬੈਠਾ ਸਾਡਾ ਜਿਹਦਾ ਹੋ ਸਕਦਾ ਕੋਈ ਇਸ ਕਿਸਾਨ ਅੰਦੋਲਨ ਨਾਲ ਕੋਈ ਨਾਤਾ ਨਾ ਹੋਵੇ, ਪਰ ਉਹਨਾਂ ਨੂੰ ਵੀ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰਨਾ ਚਾਹੀਦਾ, ਬਹੁਤ ਕੁਛ ਸਿੱਖ ਕੇ ਜਾਣਗੇ। ਜੇ ਇੱਕ ਦੋ ਦਿਨ ਇੱਥੇ ਰਹਿ ਕੇ ਜਾਣ ਤਾਂ ਬੜਾ ਕੁਛ ਸਿੱਖ ਕੇ ਜਾਣਗੇ ਐਂਡ ਇੱਕ ਚੰਗੇ ਇਨਸਾਨ ਬਣ ਕੇ ਜਾਣਗੇ। ਵਾਪਸ ਉਸੇ ਗੱਲ 'ਤੇ ਆਉਣੇ ਆ, ਪੰਜਾਬ ਨੇ, ਰਵੀਸ਼ ਕੁਮਾਰ ਕਹਿੰਦੇ ਕਹਾਉਂਦੇ ਜਰਨਲਿਸਟ ਆ, ਉਹਨਾਂ ਨੇ ਇੱਕ ਆਪਦਾ ਟਵੀਟ ਵੀ ਕੀਤਾ, ਉਹਨਾਂ ਨੇ ਇਹ ਗੱਲ ਕਹੀ ਵੀ ਪੰਜਾਬ ਨੇ ਦਿਖਾ ਦਿਆ ਵੀ ਇਹ ਕ੍ਰਾਂਤੀਕਾਰੀਓਂ ਕੀ ਧਰਤੀ ਹੈ। ਸੋ ਪੰਜਾਬ ਨੇ ਹਮੇਸ਼ਾ ਹੀ, ਸਾਡਾ ਇਤਿਹਾਸ ਦੇਖ ਲਓ, ਜਦੋਂ ਸਾਡੇ 'ਤੇ ਜਬਰ ਅਤੇ ਜ਼ੁਲਮ ਹੋਇਆ, ਇਨਸਾਨੀਅਤ 'ਤੇ ਕਿਤੇ ਵੀ ਜਬਰ ਅਤੇ ਜ਼ੁਲਮ ਹੋਇਆ, ਸਾਡੇ ਗੁਰੂਆਂ ਨੇ ਜਿਹੜੀ ਸਾਡੇ ਅੰਦਰ ਚਿਣਗ ਲਾਈ ਆ, ਜਿਹੜੀਆਂ ਕਮਾਈਆਂ ਕਰਕੇ ਸਾਨੂੰ ਦੇ ਗਏ, ਉਹ ਵਿਅਰਥ ਨਹੀਂ ਗਈਆਂ ਅਤੇ ਅੱਜ ਅਸੀਂ ਇਹ ਗੱਲ ਪ੍ਰੂਵ ਕਰਤੀ। ਸੋ ਸਿਜਦਾ ਕਰਦੇ ਹਾਂ ਉਸ ਧਰਤੀ ਨੂੰ, ਸਿਰਜਦਾ ਕਰਦੇ ਹਾਂ ਉੱਥੋਂ ਦੇ ਸਾਡੀਆਂ ਰੂਹਾਂ ਨੂੰ, ਸਾਡੀਆਂ ਸ਼ਖਸੀਅਤਾਂ ਨੂੰ, ਸਾਡੇ ਲੋਕਾਂ ਨੂੰ। ਅੱਜ ਪੰਜਾਬ ਨੇ ਅੱਗੇ ਲੱਗ ਕੇ ਸਾਰਾ ਦੇਸ਼ ਜਗਾਤਾ। ਸੋ ਇਹ ਤਾਂ ਬਹੁਤ ਵੱਡੀ ਸਾਡੀ ਇੱਕ ਜਿੱਤ ਆ ਅਤੇ ਇਸ ਜਜ਼ਬੇ ਨੂੰ, ਸਾਡੀ ਇਹ ਨੌਜਵਾਨੀ ਨੂੰ ਜਾਂ ਸਾਡੀ ਇੱਥੇ ਜਿਹੜੇ ਪੰਜਾਬ ਦੇ ਸਾਰੇ ਲੋਕ ਆਏ ਆ, ਇਹਨਾਂ ਨੂੰ ਬਿਲਕੁਲ ਸੇਫ ਅਤੇ ਚੜ੍ਹਦੀ ਕਲਾ 'ਚ ਵਾਪਸ। ਇਹਨਾਂ ਨੂੰ ਸੇਫ ਅਤੇ ਚੜ੍ਹਦੀ ਕਲਾ 'ਚ ਇੱਥੋਂ ਵਾਪਸ ਲੈ ਕੇ ਜਾਣਾ ਵੀ ਸਾਡੀ ਜ਼ਿੰਮੇਵਾਰੀ ਆ, ਲੀਡਰਸ਼ਿਪ ਦੀ ਵੀ ਜ਼ਿੰਮੇਵਾਰੀ ਆ ਅਤੇ ਉਹਨਾਂ ਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਹੈਗਾ। ਅੱਜ ਦੀ ਜਿਹੜੀ ਮੀਟਿੰਗ ਹੋਈ ਕਿਸਾਨ ਜਥੇਬੰਦੀਆਂ ਦੀ, ਸਾਡੇ ਆਗੂਆਂ ਦੀ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਾਂ ਜਿਹੜੇ ਖੇਤੀਬਾੜੀ ਮੰਤਰੀ ਆ ਉਹਨਾਂ ਦੇ ਨਾਲ, ਉਹਦੇ 'ਚ ਵੇਖੋ ਉਹਨਾਂ ਨੇ ਅੱਜ ਉਹਨਾਂ ਦੀ ਰੋਟੀ ਵੀ ਨਹੀਂ ਖਾਧੀ। ਇਹ ਸਿੰਬੋਲਿਕਲੀ ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ, ਘੋਲਾਂ 'ਚ, ਸੰਘਰਸ਼ਾਂ 'ਚ ਇਹ ਗੱਲਾਂ ਬਹੁਤ ਇੰਪੋਰਟੈਂਟ ਹੁੰਦੀਆਂ ਸਿੰਬੋਲਿਕਲੀ। ਅੱਜ ਰੋਟੀ ਵੀ ਉਹਨਾਂ ਨੇ ਥੱਲੇ ਬਹਿ ਕੇ ਆਪਦੇ ਪੌਣਿਆਂ 'ਚ ਲੈ ਕੇ ਗਏ ਸੀ ਅਤੇ ਉਹ ਖਾਧੀ। ਸੋ ਵੀ ਆਰ ਪ੍ਰਾਊਡ ਆਫ ਦੈਮ ਵੀ ਉਹ ਚੰਗੀ ਗੱਲ ਕਰ ਰਹੇ ਆ, ਹੁਣ ਇੱਕ ਚੰਗੇ ਰਾਹ 'ਤੇ ਜਾਂ ਚੰਗੀ ਸੇਧ ਵੱਲ ਜਾ ਰਹੇ ਆ। ਪਰ ਹੁਣ ਅਸੀਂ ਇਹਨੂੰ ਡੀਕੋਡੀਫਾਈ ਕਰਦੇ ਹਾਂ, ਜਿਵੇਂ ਮੈਂ ਕਿਹਾ ਜਿਹੜੀ ਰਾਜਨੀਤੀ ਹੁੰਦੀ ਆ ਨਾ, ਉਹ ਜਿਹੜੀ ਸਾਹਮਣੇ ਸਾਨੂੰ ਦਿਸਦੀ ਆ ਉਹ ਰਾਜਨੀਤੀ ਨਹੀਂ ਹੁੰਦੀ,
ਉਹਦੇ ਪਿੱਛੇ ਕੀ ਚੱਲ ਰਿਹਾ ਉਹ ਰਾਜਨੀਤੀ ਹੁੰਦੀ ਆ ਤੇ ਜਿਹੜੇ ਸਿਆਣੇ ਬੰਦੇ ਹੁੰਦੇ ਆ ਜਾਂ ਇੰਟੈਲੈਕਚੁਅਲਸ ਹੁੰਦੇ ਆ ਉਹਨਾਂ ਨੂੰ ਪਿੱਛੇ ਜਿਹੜੇ ਵਰਤਾਰੇ ਵਾਪਰ ਰਹੇ ਹੁੰਦੇ ਆ ਉਹਨੂੰ ਡੀਕੋਡੀਫਾਈ ਕਰਨਾ ਤੇ ਉਸ ਸੋਸ਼ਲ ਇਵੈਂਟਸ ਤੋਂ ਉਹਨਾਂ ਵਰਤਾਰਿਆਂ ਤੋਂ ਅਗਲੀ ਗੱਲ ਜਾਂ ਅਗਲਾ ਮੋੜ ਕਿੱਧਰ ਨੂੰ ਆ ਰਿਹਾ ਇਸ ਗੱਲ ਨੂੰ ਸਮਝਣਾ ਇਹ ਬਹੁਤ ਜ਼ਰੂਰੀ ਆ। ਹੁਣ ਸਰਕਾਰ ਅੱਜ ਅਮੈਂਡਮੈਂਟਸ 'ਤੇ ਆ ਗਈ, ਇਹ ਪਤਾ ਲੱਗਿਆ ਵੀ ਜਿਹੜੇ ਨਵੇਂ ਲਾਅ ਬਣੇ ਆ, ਕਾਨੂੰਨ ਬਣੇ ਆ ਫਾਰਮ ਬਿੱਲਸ ਨੂੰ, ਫਾਰਮ ਲਾਅਸ ਨੂੰ ਲੈ ਕੇ, ਉਹਦੇ 'ਚ ਉਹ ਅਮੈਂਡਮੈਂਟ ਵੀ ਸੋਧਾਂ ਕਰਨ ਨੂੰ ਤਿਆਰ ਆ। ਪਰ ਸਾਡੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਇਹ ਗੱਲ ਸਿੱਧੇ ਤੌਰ 'ਤੇ ਪ੍ਰਗਟ ਰੂਪ 'ਚ ਇਹ ਗੱਲ ਉਹਨਾਂ ਨੂੰ ਕਰਤੀ ਵੀ ਸਪਸ਼ਟ ਰੂਪ 'ਚ ਇਹ ਗੱਲ ਕੀਤੀ ਵੀ ਅਸੀਂ ਸੋਧਾਂ ਕਰਾਉਣ ਵਾਸਤੇ ਨਹੀਂ ਆਏ, ਸਾਨੂੰ ਤਾਂ ਤਿੰਨੇ ਜਿਹੜੇ ਕਾਨੂੰਨ ਆ ਇਹ ਰੱਦ ਚਾਹੀਦੇ ਆ। ਤਾਂ ਇਸ ਗੱਲ 'ਤੇ ਜਿਹੜਾ ਡਾਇਲੋਗ ਅੱਜ ਇੱਥੇ ਖਤਮ ਹੋਇਆ, ਅਗਲੀ ਮੀਟਿੰਗ 'ਚ ਹੁਣ ਦੇਖੋ ਇਸ ਮੀਟਿੰਗ ਤੋਂ ਜੋ ਲੈ ਕੇ ਜਾਣਗੇ ਅੱਗੇ ਉਹ ਕਿਸ ਤਰ੍ਹਾਂ ਇਹ ਪ੍ਰੋਸੀਡ ਕਰਨਗੇ। ਪਰ ਇੱਕ ਬਹੁਤ ਵੱਡਾ ਜੋ ਡੈਡਲੋਕ ਕ੍ਰੀਏਟ ਹੋਇਆ ਹੋਇਆ ਨਾ, ਜੋ ਕਿ ਬਹੁਤ ਹੀ ਸੀਰੀਅਸ ਆ ਔਰ ਇਹਦੀ ਬਹੁਤ ਗ੍ਰੇਵ ਆ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬੜਾ ਸਾਡੇ ਲਈ ਇਹਦੇ 'ਤੇ ਚਿੰਤਨ ਕਰਨਾ ਜ਼ਰੂਰੀ ਆ, ਤਾਂ ਹੀ ਅਸੀਂ ਸਹੀ ਸਿਹਤ ਦਿਸ਼ਾ ਵੱਲ ਵੱਧ ਸਕਾਂਗੇ। ਇਹ ਡੈਡਲੋਕ ਕਿਸੇ ਇਵੈਂਟ ਨੇ ਤੋੜਨਾ, ਸਰਕਾਰ ਤਿੰਨ ਕਾਨੂੰਨ ਪਿੱਛੇ ਉਹ ਹਟ ਨਹੀਂ ਰਹੀ, ਤਿੰਨ ਕਾਨੂੰਨ ਵਾਪਸ ਨਹੀਂ ਲੈ ਰਹੀ। ਸਾਡੀ ਧਿਰ ਇਹ ਕਹਿ ਰਹੀ ਆ ਵੀ ਤਿੰਨ ਕਾਨੂੰਨ ਵਾਪਸ ਜੇ ਨਹੀਂ ਲੈਣਗੇ ਤਾਂ ਅਸੀਂ ਇੱਥੇ ਹੀ ਬੈਠੇ ਹਾਂ, ਅਸੀਂ ਵਾਪਸ ਨਹੀਂ ਜਾਵਾਂਗੇ ਉਦੋਂ ਤੱਕ। ਸੋ ਇੱਕ ਡੈਡਲੋਕ ਕ੍ਰੀਏਟ ਹੋ ਗਿਆ, ਇਹ ਕਿਸੇ ਇਵੈਂਟ ਨੇ ਤੋੜਨਾ। ਇਵੈਂਟ ਹੁਣ ਜਾਂ ਤਾਂ ਸਾਡੇ ਵੱਲੋਂ ਹੋਊਗਾ ਜਾਂ ਸਰਕਾਰ ਵੱਲੋਂ ਹੋਊਗਾ, ਪਰ ਬੈਟਰ ਆ ਇੱਥੇ ਕੋਈ ਇਵੈਂਟ ਨਾ ਹੋਵੇ, ਕਿਉਂਕਿ ਨਾ ਤਾਂ ਅਸੀਂ ਅਫੋਰਡ ਕਰ ਸਕਦੇ ਹਾਂ ਕੋਈ ਇਵੈਂਟ ਕਰਨਾ, ਨਾ ਹੀ ਸਰਕਾਰ ਨੂੰ ਕਰਨਾ ਚਾਹੀਦਾ ਵੀ ਸਾਡੇ 'ਤੇ ਕੋਈ ਕ੍ਰੈਕ ਡਾਊਨ ਕਰੇ ਜਾਂ ਸਾਰੇ ਸੰਘਰਸ਼ੀ ਬੰਦਿਆਂ 'ਤੇ ਕੋਈ ਕ੍ਰੈਕ ਡਾਊਨ ਕਰੇ, ਜੋ ਕਿ ਪਹਿਲਾਂ ਕਰਦੇ ਰਹੇ ਆ। ਇਹ ਡੈਡਲੋਕ ਬ੍ਰੇਕ ਹੋਵੇ ਤਾਂ ਡਾਇਲੋਗ ਦੇ ਰਾਹੀਂ ਬ੍ਰੇਕ ਹੋਵੇ ਅਤੇ ਇਹਦੇ ਰੀਕਨਸੀਲੇਸ਼ਨ ਦੇ ਰਾਊਂਡਸ ਹੋਣ ਜਿਹੜੇ ਕਿ ਹੋ ਰਹੇ ਆ। ਪਰ ਸਰਕਾਰ ਕਿਤੇ ਨਾ ਕਿਤੇ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ, ਉਹਨਾਂ ਦੀ ਸੋਸ਼ਲ ਸਟੈਂਡਿੰਗ ਅਤੇ ਇੱਕ ਉਹਨਾਂ ਦਾ ਜਿਹੜਾ ਹੰਕਾਰ ਜਾਂ ਉਹਨਾਂ 'ਚ ਜਿਹੜੀ ਇੱਕ ਐਰੋਗੈਂਸ ਆਈ ਹੋਈ ਸੀ ਨਾ ਵੀ 370 ਵੇਲੇ ਉਹਨਾਂ ਨੇ ਕਸ਼ਮੀਰੀਆਂ ਦੀ ਨਹੀਂ ਸੁਣੀ, ਸਾਰੇ ਕਸ਼ਮੀਰੀ ਘਰਾਂ 'ਚ ਹੀ ਵਾੜਤੇ ਅਤੇ ਉਹਨਾਂ ਨੂੰ ਨਜ਼ਰ ਬੰਦ ਕਰਤਾ, ਉਸੇ ਤਰ੍ਹਾਂ ਤੁਸੀਂ ਦੇਖੋ ਇਹਨਾਂ ਨੇ GST ਵੇਲੇ ਵਪਾਰੀਆਂ ਦੀ ਨਹੀਂ ਸੁਣੀ, ਉਦੋਂ ਕਹਿੰਦੇ ਵਪਾਰੀਆਂ ਨੂੰ ਨਹੀਂ ਸਮਝ ਆਇਆ, ਫਿਰ ਡੀਮੋਨੇਟਾਈਜੇਸ਼ਨ ਵੇਲੇ ਉਦੋਂ ਕਿਸੇ ਦੀ ਨਹੀਂ ਸੁਣੀ, ਇਸੇ ਤਰ੍ਹਾਂ NRCCEA ਵੇਲੇ ਜਿਹੜੇ ਮੁਸਲਿਮ ਭਾਈਚਾਰਾ ਉਹਨਾਂ ਦੀ ਗੱਲ ਨਹੀਂ ਸੁਣੀ, ਉਹਨਾਂ ਨੂੰ ਕਹਿ ਰਹੇ ਸੀ ਸਮਝ ਨਹੀਂ ਆਇਆ, ਅਤੇ ਅੱਜ ਸਾਡੀ ਗੱਲ ਨਹੀਂ ਸੁਣ ਰਹੇ। ਸੋ ਇਹਨਾਂ ਦੀ ਜਿਹੜਾ ਇੱਕ ਹੰਕਾਰ ਆ ਨਾ ਕਿਸੇ ਦੀ ਗੱਲ ਨਾ ਸੁਣਨਾ ਅਤੇ ਆਪਦੀ ਕੋਈ ਨੀਤੀ ਜਾਂ ਆਪਦੀ ਵਿਚਾਰਧਾਰਾ ਨੂੰ ਮੁੱਖ ਤੌਰ 'ਤੇ ਲੋਕਾਂ ਦੇ ਉੱਤੇ ਲਾਗੂ ਕਰਨਾ, ਉਹ ਬਹੁਤ ਇਹਨਾਂ ਨੂੰ ਤੰਗ ਕਰੂਗਾ ਜੇ ਉਹ ਭੰਨਿਆ ਗਿਆ। ਤਾਂ ਹੁਣ ਇੱਥੇ ਇਹ ਡੈਡਲੋਕ ਜਿਹੜਾ ਕ੍ਰੀਏਟ ਹੋਇਆ ਹੋਇਆ ਅਤੇ ਬੜੇ ਹੋਰ ਡੂੰਘੇ ਮੀਨਿੰਗਸ ਜਾਂ ਬੜੇ ਇਹਦੇ ਡੀਪ ਮੀਨਿੰਗਸ ਵੀ ਆ ਜਿਹੜੇ ਆਪਾਂ ਸਮੇਂ ਸਮੇਂ 'ਤੇ ਡਿਸਕਸ ਕਰਾਂਗੇ। ਅੱਜ ਜੇ ਇਹ ਗੱਲ ਕਰਦੇ ਹਾਂ ਤਾਂ ਅੱਜ ਮੀਟਿੰਗ ਨੂੰ ਹੁਣ ਡੀਕੋਡੀਫਾਈ ਕਰਨਾ ਉਹ ਅਸੀਂ ਕਰਾਂਗੇ, ਅਗਲੇ ਇਵੈਂਟਸ ਨੂੰ ਕਿਵੇਂ ਆਪਾਂ ਪ੍ਰੋਡਿਕਟ ਕਰਨਾ ਇਹ ਵੀ ਕਰਾਂਗੇ, ਪਰ ਇੱਕ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹਨੂੰ ਕੋਈ ਪ੍ਰੋਡਿਕਟ ਨਹੀਂ ਕਰ ਸਕਦਾ, ਇਹ ਮਹਾਰਾਜ ਦੀ ਕਲਾ ਹੀ ਵਰਤ ਰਹੀ ਆ। ਇਹ ਅਨਪ੍ਰਡਿਕਟੇਬਲ ਚੀਜ਼ ਹੋ ਗਈ ਆ, ਇਤਿਹਾਸਿਕ ਚੀਜ਼ ਹੋ ਗਈ ਆ, ਅਤੇ ਇਸ ਇਤਿਹਾਸ ਦੇ ਅਸੀਂ ਸਾਰੇ, ਇਹ ਮੈਂ ਸੰਗਤ ਨੂੰ ਵੀ ਇਹ ਗੱਲ ਕਹਿੰਦਾ ਵੀ ਤੁਸੀਂ ਅਤੇ ਮੈਂ ਅਸੀਂ ਬਹੁਤ ਆਪਦੇ ਆਪ ਨੂੰ ਭਾਗਾਂ ਵਾਲੇ ਮੰਨੀਏ ਵੀ ਸਾਨੂੰ ਇਹ ਵਿਟਨੈਸ ਵੀ ਕਰ ਰਹੇ ਹਾਂ ਅਸੀਂ ਇਸ ਵਰਤਾਰੇ ਨੂੰ, ਅਤੇ ਪਾਰਟੀਸਪੇਟ ਵੀ ਕਰ ਰਹੇ ਹਾਂ ਇਹਦੇ 'ਚ। ਜਿਹੜੇ ਇਹਨੂੰ ਵਿਟਨੈਸ ਨਹੀਂ ਕਰ ਰਹੇ ਅਤੇ ਇਹਦੇ 'ਚ ਪਾਰਟੀਸਪੇਟ ਨਹੀਂ ਕਰ ਰਹੇ, ਤੁਸੀਂ ਬਿਲਕੁਲ ਕੁਛ ਨਾ ਕੁਛ ਬਹੁਤ ਵੱਡਾ ਇਤਿਹਾਸ ਦਾ ਇੱਕ ਮੋੜ ਮਿਸ ਕਰ ਰਹੇ ਹੋ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਸੀ, ਇਸ ਤੋਂ ਬਾਅਦ ਆਪਾਂ ਸਾਰਿਆਂ ਨਾਲ ਸੰਗਤਾਂ ਨਾਲ ਗੱਲਾਂ ਕਰਦੇ ਹਾਂ। ਜਿਹੜੇ ਸਾਡੇ ਦੋ ਸਿੰਘ ਲੜੇ ਸੀ ਕਿੱਧਰ ਗਏ ਉਹ? ਮਨਜੀਤ ਭਾਅ ਜੀ ਬਾਈ ਤੁਸੀਂ ਵੀ ਆਓ। ਉਹ ਯਾਰ ਤੁਸੀਂ ਲੜਿਆ ਨਾ ਕਰੋ ਯਾਰ, ਐਂ ਨਾ ਕਰਿਆ ਕਰੋ, ਰਾਜੀਨਾਮਾ ਹੋ ਗਿਆ ਇਹਨਾਂ ਦਾ ਬਾਈ, ਹੁਣ ਮੈਂ ਤੁਹਾਨੂੰ ਇਹਨਾਂ ਨਾਲ ਗੱਲਾਂ ਕਰਾਉਣਾ। ਕਿਉਂ ਤੁਸੀਂ ਲੜੇਗਾ ਕਿਉਂ ਸੀ ਫਿਰ, ਕੀ ਹੋ ਗਿਆ ਸੀ? ਅੱਛਾ ਮੈਂ ਕੁਛ ਕਹਿਤਾ ਸੀ? ਅੱਛਾ ਫਿਰ ਖਾਲਸਾ ਜੀ ਚੜ੍ਹਦੀ ਕਲਾ ਐਨ ਪੂਰੀ ਜੀ। ਚਲੋ ਤੇ ਆਪਣਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਬਾਈ ਨੂੰ ਵੀ ਬੁਲਾਓ, ਇੱਕ ਮਿੰਟ ਆਇਆ ਜੀ, ਇੱਕ ਮਿੰਟ ਜੀ ਆ ਗਿਆ ਜੀ, ਆ ਗਏ ਤੁਸੀਂ ਵੀ ਆਓ ਜੀ, ਤੁਸੀਂ ਕੁਛ ਇੱਧਰ ਦੀ ਆਓ, ਇੱਧਰ ਸਾਡੇ
फौजी भाई लंगर च पूरा ये खीर खाई जाते हैं। मैं अंदर आले पासे कर लिया ਕਿਹੜੇ ਪਾਸਿਆਂ ਹੋਊਗਾ? ਆ ਸਾਡੀ ਰਸੋਈ ਆ ਜੀ, ਇੱਥੇ ਮਾੜਾ ਜਿਹਾ ਸਬਜ਼ੀਆਂ ਦਿਖਾ ਦਈਏ। ਗੋਭੀ ਪਈ ਆ, ਗਾਜਰਾਂ ਪਈਆਂ, ਮੂੰਗਫਲੀਆਂ ਪਈਆਂ, ਰਸ ਪਏ ਆ। ਇਹ ਕਿੰਨੇ ਕੁ ਟਾਈਮ ਦਾ ਆਪਣੇ ਕੋਲ ਲੰਗਰ ਰਾਸ਼ਨ ਹੋਊਗਾ ਜੀ? ਛੇ ਮਹੀਨੇ ਕਿਆ ਬਾਤ, ਸਤਿ ਸ਼੍ਰੀ ਅਕਾਲ। ਇੱਧਰ ਆਓ। ਹਾਂਜੀ ਭਾਈ, ਪਹਿਲਾਂ ਤੁਹਾਡੇ ਤੋਂ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਵਧੀਆ ਚੜ੍ਹਦੀ ਕਲਾ ਇੱਥੇ। ਮਤਲਬ ਸਰਕਾਰ ਨੇ ਤਾਂ ਪਹਿਲਾਂ ਇਹ ਸੀ ਵੀ ਜਿਵੇਂ ਖੱਟੜ ਕਹਿੰਦਾ ਸੀ ਕਿ ਵੜਨ ਨਹੀਂ ਦੇਣੇ ਹਰਿਆਣੇ 'ਚ, ਵੀ ਆਪਣੇ ਵਾਲਿਆਂ ਨੂੰ ਤਾਂ ਹੁਣ ਅੱਜ ਸਿੰਘ ਵੀ ਆ ਗਿਆ, ਨਿਹੰਗ ਸਿੰਘ ਵੀ ਆ ਗਿਆ। ਤਾਂ ਇੱਥੇ ਐਵੇਂ ਜਿਵੇਂ ਹੋਲਾ ਮਹੱਲਾ ਹੁੰਦਾ ਆ ਉਹ ਜੀ। ਮਤਲਬ ਜਿਹੜੀ ਯਾਰ ਮੀਟਿੰਗ ਕਦੇ ਨਾ, ਜਦੋਂ ਬਾਬਾ ਘੇਲ ਸਿੰਘ ਆਏ ਆ ਨਾ, ਬਾਬਾ ਘੇਲ ਸਿੰਘ ਨੇ ਦਿੱਲੀ ਘੇਰੀ ਸੀ ਉਦੋਂ। ਉਹ ਕਹਿੰਦੇ ਆ ਕਿ ਬਾਬਾ ਘੇਲ ਸਿੰਘ ਨੇ ਜਦੋਂ ਦਿੱਲੀ ਘੇਰੀ ਨਾ, ਤਾਂ ਦਿੱਲੀ ਘੇਰਨ ਤੋਂ ਬਾਅਦ ਕਿ ਉਹ ਦਿੱਲੀ ਘੇਰ ਕੇ ਬੈਠੇ ਸੀ, ਤਾਂ ਉਹ ਹੋਲਾ ਮਹੱਲਾ ਆ ਗਿਆ। ਅਤੇ ਸਿੰਘਾਂ ਨੇ ਦੇਖੋ ਦਿੱਲੀ ਤਖ਼ਤ ਮਤਲਬ ਉਹ ਛੱਡ ਕੇ, ਅਤੇ ਕਹਿੰਦੇ ਕਿ ਚਲੋ ਹੋਲਾ ਮਹੱਲਾ ਆ ਗਿਆ, ਆਪਾਂ ਅਨੰਦਪੁਰ ਸਾਹਿਬ ਚੱਲਦੇ ਹਾਂ ਨਾ। ਵੀ ਉਹ ਇੱਕ ਸਮਾਂ ਸੀ ਜਦੋਂ ਸਿੰਘ ਦਿੱਲੀ ਦਾ ਤਖ਼ਤ ਛੱਡ ਕੇ ਅਤੇ ਅਨੰਦਪੁਰ ਸਾਹਿਬ ਹੋਲਾ ਮਹੱਲਾ ਖੇਡਣ ਗਏ ਸੀ, ਅਤੇ ਅੱਜ ਫੌਜਾਂ ਇੱਥੇ ਹੋਲਾ ਮਹੱਲਾ ਖੇਡਣ ਆ ਗਏ ਆ। ਤਾਂ ਇਹ ਜਿਹੜਾ ਮਤਲਬ ਜੋ ਹੋ ਰਿਹਾ, ਇਹ ਸਾਨੂੰ ਵੀ ਸਮਝ ਨਹੀਂ ਆਉਂਦਾ ਪਿਆ ਕਿ ਕੀ ਹੋ ਰਿਹਾ। ਕਿਸੇ ਵੀ ਜਿਹੜਾ ਬੰਦਾ ਇੱਥੇ ਸੰਗਤ 'ਚ ਆਇਆ, ਕਿਸੇ ਨੂੰ ਵੀ ਇਹ ਗੱਲ ਸਮਝ ਨਹੀਂ ਆਉਂਦੀ ਵੀ ਕਿ ਕੀ ਹੋਇਆ। ਇਹ ਮਹਾਰਾਜ ਦੀ ਕੋਈ ਕਲਾ ਹੀ ਵਰਤੀ ਆ। ਜਿਵੇਂ ਅਸੀਂ ਕੱਲ੍ਹ ਗੱਲਾਂ ਕਰਦੇ ਸੀ ਕਿ ਸਾਡੇ ਇੱਕ ਨਾ ਸੰਕਲਪ ਆ ਕਿ ਸ਼ਹੀਦੀ ਫੌਜਾਂ ਦਾ ਪਹਿਰਾ ਹੁੰਦਾ, ਇਹ ਇਹੋ ਜਿਹੀ ਕੋਈ ਗੱਲ ਇੱਥੇ ਕਲਾ ਵਰਤਦੀ ਪਈ ਆ ਕਿ ਮਹਾਰਾਜ ਦੇ ਰੰਗ ਨੇ। ਬਸ ਇੰਨੀ ਆ ਕਿ ਚੜ੍ਹਦੀ ਕਲਾ 'ਚ ਆ ਸਾਰੇ ਲੰਗਰ। ਇੱਥੇ ਤਾਂ ਫੌਜੀ ਬਾਈ ਕਹਿੰਦਾ ਸੀ ਜਨਰੇਟਰ ਲਿਆਉਣ ਲੱਗਿਆ ਸੀ ਕੱਲ੍ਹ, ਤਾਂ ਉਹ ਜਿਵੇਂ ਪੱਕੀਆਂ ਰਜਿਸਟਰੀਆਂ ਇੱਥੇ ਸੜਕ 'ਤੇ ਹੁਣ ਕਰਾ ਲੈਣੀਆਂ ਪੰਜਾਬ ਦੇ ਲੋਕਾਂ ਨੇ ਕਿ ਜੇ ਮੋਦੀ ਨਹੀਂ ਮੰਨਦਾ ਤਾਂ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਲੋਕਾਂ ਦੇ ਜਜ਼ਬਾਤ ਨੇ ਜਿਹੜੇ ਉਹ ਕਿਸ ਪੱਧਰ ਦੇ ਆ। ਉਹ ਇੱਥੋਂ ਹੁਣ ਮੈਨੂੰ ਲੱਗਦਾ ਨਹੀਂ ਕਿ ਉਹ ਬਿਨਾਂ ਜਿੱਤ ਤੋਂ ਇੱਥੋਂ ਵਾਪਸ ਮੁੜਨਗੇ। ਤਾਂ ਇਸ ਕਰਕੇ ਸਰਕਾਰ ਨੂੰ ਲੋਕਾਂ ਦੀ ਗੱਲ ਸੁਣ ਲੈਣੀ ਚਾਹੀਦੀ ਆ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਇਹੋ ਜਿਹੜੀ ਭਾਵਨਾ ਹੈ ਸਾਰਿਆਂ ਦੀ। ਬਾਕੀ ਸਾਰੇ ਸਿੰਘ ਚੜ੍ਹਦੀ ਕਲਾ 'ਚ ਆ ਜੀ। ਇੱਕ ਆਪਣਾ ਬਾਈ ਅੱਗੇ ਆਇਓ ਇੱਧਰ, ਬਾਈ ਜੀ ਤੁਸੀਂ ਵੀ ਆਓ। ਇਹ ਆਪਣਾ ਸਿੰਘ ਉਹ ਆ ਜਿਹਦੇ ਉੱਤੇ ਪਾਣੀ ਦੀ ਵਿਛਾੜ ਸਿੱਧੀ। ਬਾਈ ਦੱਸੋ ਕੀ ਹੋਇਆ ਸੀ ਮਾੜਾ ਜਿਹਾ? ਨਹੀਂ ਨਹੀਂ ਫਿਰ ਥੋੜਾ ਜਿਹਾ ਬਾਈ, ਪਾਣੀ ਪਾਣੀ ਦੇ ਸਾਹਮਣੇ ਖੜ ਗਏ ਸੀ ਜਾ ਕੇ। ਚਲੋ ਮੈਂ ਪੁੱਛਦਾ, ਬਜ਼ੁਰਗ ਨੂੰ ਪੁੱਛਿਆ ਸੀਗਾ ਪਾਣੀ ਵਿਛਾਰਾ ਤੁਸੀਂ ਕਿਵੇਂ ਝੱਲੋਗੇ? ਕਹਿੰਦੇ ਐਦ ਬਸ ਮੋਟਰ ਵਾਲੀ ਪਾਣੀ ਮੋਟਰ ਵਾਂਗੂ ਹੀ ਆ, ਬਸ ਬਸ ਧਾਲ ਹੀ ਤੇਜ਼ ਆ, ਐਦ ਕੁਛ ਨੀ ਆਉਂਦਾ, ਪਾਣੀ ਤਾਂ ਉਹੀ ਮੋਟਰ ਵਾਲਾ ਹੀ ਆ, ਬਸ ਉਹੀ ਗੱਲ ਹੈ ਆਪਣੀ। ਕਿਆ ਬਾਤ ਆ, ਕਿਆ ਬਾਤ ਆ। ਤੇ ਇਹਨਾਂ ਨੇ ਜਦੋਂ ਉਹ ਜਿਹੜੀਆਂ ਗੱਡੀਆਂ ਚੋਂ ਪਾਣੀ ਕੱਢਦੇ ਸੀ, ਉਹ ਥੱਲੇ ਉਹਦਾ ਜਿਹੜਾ ਜਗਾੜ ਜਿਹਾ ਲੱਗਿਆ ਹੁੰਦਾ ਸੀ ਟੂਟੀ ਜੀ ਖੋਲਤੀ, ਉੱਤੇ ਪ੍ਰੈਸ਼ਰ ਹੀ ਨਹੀਂ ਬਣਦਾ ਹੁੰਦਾ ਸੀ, ਥੱਲੇ ਜ਼ਿਆਦਾ ਖੋਲ ਦਿੰਦਾ ਸੀ। ਕੁਰੂਕਸ਼ੇਤਰ ਕੀਤਾ ਸੀ ਉਹ ਕੀ ਬਾਈ, ਉਹ ਵੀ ਦੱਸੋ ਕੀ ਕੀਤਾ ਸੀ? ਚਲੋ ਕਿਆ ਬਾਤ ਆ। ਤੇ ਕਰੀਏ ਬਾਈ ਜੀ, ਸਰਪੰਚ ਸਾਹਿਬ ਤੁਸੀਂ ਕੀ ਕਹਿੰਦੇ ਸੀ ਜੀ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਜੀ ਆਪਦੀ ਪੰਚਾਇਤ ਦੇ ਕੀਤੇ ਹੋਏ ਕੰਮਾਂ ਵਾਸਤੇ ਨੈਸ਼ਨਲ ਅਵਾਰਡ ਮਿਲਿਆ ਸੀ 2018 'ਚ ਮੋਦੀ ਸਾਹਿਬ ਤੋਂ ਜਬਲਪੁਰ, ਅਤੇ ਮੈਂ ਇਸ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਥੇ ਆਇਆ ਹੋਇਆ ਵੀ ਹਾਂ, ਅਤੇ ਮੈਂ ਉਹ ਅਵਾਰਡ ਵਾਪਸ ਕਰੂੰਗਾ, ਹੁਣ ਵਾਪਸ ਕਰ ਚੁੱਕਿਆ ਸਰਕਾਰ ਨੂੰ ਮੈਂ ਵਾਪਸ ਭੇਜੂੰਗਾ, ਕਿਉਂਕਿ ਮੋਦੀ ਨੇ ਜੋ ਕੰਮ ਕੀਤਾ ਹੈ ਬਹੁਤ ਗਲਤ ਕੀਤਾ ਹੈ। ਕੋਆਪਰੇਟਰ ਦੇ ਘਰਾਣਿਆਂ ਦੇ ਮਗਰ ਲੱਗ ਕੇ ਜੋ ਇਹ ਬਿੱਲ ਲੈ ਕੇ ਆਏ ਆ, ਅਤੇ ਆਪਾਂ ਨੂੰ ਦੇਖ ਹੀ ਰਿਹਾ, ਅਤੇ ਅਸੀਂ ਮੈਂ ਉਹਦੇ ਵਿਰੋਧ ਦੇ ਵਿੱਚ ਇਹ ਬਿੱਲ ਵਾਪਸ ਕਰਦੇ ਹਾਂ। ਅਤੇ ਬਾਕੀ ਇਹ ਸੰਦੇਸ਼ ਹੈ ਨਿੱਕਾ ਜਿਹਾ ਇੱਕ ਵੀ, ਜਿਵੇਂ ਬਾਈ ਜੀ ਉਹਨਾਂ ਨੇ ਪਹਿਲਾਂ ਕਿਹਾ ਹੀ ਹੈ ਵੀ ਇਤਿਹਾਸ ਲਿਖਿਆ ਜਾ ਚੁੱਕਿਆ ਵੀ ਅਤੇ ਲਿਖਿਆ ਜਾ ਰਿਹਾ, ਅਸੀਂ ਜਿਵੇਂ ਵੀ ਇਹਦੇ ਵਿੱਚ ਕੋਈ ਹਿੱਸਾ ਪਾ ਸਕਦੇ ਹਾਂ ਉਵੇਂ ਹੀ ਪਾਈ ਕੇ, ਚਾਹੇ ਉਹ ਟਵਿੱਟਰ 'ਤੇ ਜਿਵੇਂ ਟਰੈਕ ਟੂ ਟਵਿੱਟਰ ਜਾਂ ਕੋਈ ਸੋਸ਼ਲ ਮੀਡੀਆ 'ਤੇ ਜਾਂ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਸੰਗਤ ਪਹੁੰਚ ਕੇ ਅਵਾਰਡ ਵਾਪਸ ਕਰੋ। ਬਾਕੀ ਉਹਨਾਂ ਨੇ ਹਾਂਜੀ ਅਸੀਂ ਅਵਾਰਡ ਵਾਪਸ ਕਰ ਚੁੱਕੇ ਹਾਂ ਜੀ ਅਸੀਂ ਆਪਦਾ ਪੰਚਾਇਤ। ਬਾਕੀ ਬਾਈ ਉਹਨਾਂ 'ਤੇ ਸੰਦੇਸ਼ ਆ ਤੁਹਾਡਾ? ਹਾਂਜੀ, ਜਿਵੇਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਸਹੀ ਕਰ ਰਹੇ ਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਅਰਦਾਸ ਕਰੋ ਪੰਜਾਬ ਖਾਤਰ। ਤੁਹਾਡੇ ਲਈ ਹੋਰ ਰਿਕੁਐਸਟ ਹੈ ਵੀਰੇ,
ਸਾਡੇ ਹਾਂਜੀ ਆਪਾਂ ਰਿਕੁਐਸਟ ਆ ਮਾੜਾ ਜਿਹਾ ਕਰ ਲਈਏ ਇੱਕ ਇੱਧਰ ਜਗਾੜ ਕਰੀ ਜਾਂਦੇ ਆ ਫਿਰ ਇਹਦੂ ਬਾਅਦ ਆਈ ਆ ਸਾਡੇ ਜਿਹੜਾ ਆਈ ਹੁੰਦੇ ਆ ਬੰਦੇ ਆ ਵੇਖੋ ਹਾਂ ਬਾਈ ਰਿਕੁਐਸਟ ਇੱਥੇ ਹੀ ਦੱਸੋ ਤੁਸੀਂ ਕੀ ਕੀ ਕਰੋ ਤੁਸੀਂ ਜੋ ਵੀ ਖਿੱਚਲਾ ਕਰ ਰਹੇ ਹੋ ਪੂਰੀ ਕਰਨੀ ਆ ਉਸਨੇ ਦੇਖੋ ਜੀ ਹਾਂਜੀ ਉਨੀ ਪਿੱਛੇ ਮੈਂ ਕਰ ਦਵਾਂ ਹਾਂ ਮੋਦੀ ਸਾਹਿਬ ਨੇ ਕਾਨੂੰਨ ਪਾਸ ਕਰਿਆ ਹਾਂ ਮੋਦੀ ਸਾਹਿਬ ਮੇਰੇ ਨਾਲ ਇੱਕ ਦਿਹਾੜੀ ਖੇਤ ਦੇ ਵਿੱਚ ਲਾ ਦੇਣ ਜਿਹੜੇ ਉਹ ਮਰਜ਼ੀ ਦੇ ਕਾਨੂੰਨ ਪਾਸ ਕਰਨਾ ਚਾਹੁੰਦੇ ਨੇ ਉਹ ਕਰ ਲੈਣ ਹਾਂਜੀ ਇੱਕ ਦਿਹਾੜੀ ਮੇਰੇ ਕੱਟ ਜਾਣ ਕੱਟ ਜਾਣ ਇੱਕ ਦਿਹਾੜੀ ਖੇਤ ਚ ਲਾ ਦੇਣ ਮੋਦੀ ਸਾਹਿਬ ਹੁਣੀ ਜਿਹੜੇ ਕਾਨੂੰਨ ਸਾਡੇ ਨਾਲ ਵੀ ਸਾਫ ਨੀ ਆਪਾਂ ਕਹਦਾ ਸਾਫ ਮੰਨਣਾ ਜੀ ਉਹਨੂੰ ਸਾਫ ਆਪਾਂ ਕਹਦਾ ਮੰਨਦੇ ਆ ਜੀ ਉਹਦਾ ਸਾਫ ਨੂੰ ਕੁਛ ਵੀ ਹੈ ਨਹੀਂ ਜੀ ਉਵੇਂ ਨਹੀਂ ਜਿਹੜਾ ਜੀਵੀ ਕਰ ਪੰਜਾਬ ਦੇ ਤਾਂ ਪਹਿਲਾਂ ਤਾਂ ਹੀ ਉਲਟ ਰਹੇ ਆ ਕਹਿਣੇ ਦਾ ਭੁੱਲ ਜੋ ਹੁਣ ਤਾਂ ਸਾਫ ਦਿਹਾੜੀ ਲਾ ਦੇਣ ਮੋਦੀ ਸਾਹਿਬ ਨਾਲ ਖੇਤ ਦੇ ਵਿੱਚ ਤਾਂ ਆਪਣੇ ਦਾ ਉਲਟ ਰਿਹਾ ਸਦਾ ਇੱਕ ਪਹਿਲੀ ਨਹੀਂ ਚੱਕ ਸਕਦੇ ਪੰਜਾਬ ਨੂੰ ਤਾਂ ਭਾਈ ਨੇ ਸਹੀ ਗੱਲ ਕਹੀ ਕਹਿੰਦੇ ਇੱਕਦਮ ਭਾਈ ਸਾਡੀ ਕਿਹੜਾ ਕੋਈ ਜਾਪੂ 1947 ਚੱਲੀ ਸਾਡੇ ਦਾਦਿਆਂ ਨੇ 1984 ਚੱਲੀ ਸਾਡੇ ਪਿਓਆਂ ਨੇ 2020 ਚੱਲਦੇ ਆ ਆਪਾਂ ਪਰ ਰੱਬ ਕਿਰਪਾ ਕਰੇ ਸਾਰੇ ਜਣੇ ਇੰਨੇ ਜਾਗਰੂਕ ਹੋਵੋ ਕਿ ਗਾਂ ਕੋਈ ਆਪਾਂ ਨੂੰ ਸਦੀ ਆਪਣੇ ਬੱਚੇ ਨਾ ਚੱਲਣ ਇਹੋ ਜਿਹੀਆਂ ਸਰਕਾਰਾਂ ਚੁਣੋ ਇਹੋ ਜਿਹੇ ਲੀਡਰ ਚੁਣੋ ਕਿ ਆਪਣੇ ਸਾਰਾ ਪੱਖ ਰੱਖਣ ਕੋਈ ਆਪਣੇ ਬੱਚਿਆਂ ਤੇ ਔੜ ਨਾ ਆਵੇ ਸਾਰੇ ਆਪਣੇ ਤੇ ਮਾਣ ਕਰਨ ਕਿ ਸਾਡੇ ਘਰਦਿਆਂ ਨੇ ਇੰਨਾ ਵਧੀਆ ਕੰਮ ਕੀਤਾ ਮੈਂ ਤਾਂ ਇਹੀ ਸਾਰਿਆਂ ਨੂੰ ਜਾਣਾ ਚਾਹੀਦਾ ਇੱਥੇ ਆਉਣਾ ਚਾਹੀਦਾ ਕਿਸਾਨ ਜੂਨੀਅਰ ਵੀ ਕੱਲ ਨੂੰ ਕੋਈ ਮੇਰੇ ਜਵਾਬ ਦਾ ਵਿਆਹ ਜੀ ਮੋਦੀ ਨੂੰ ਬਿਠਾਉਂਗੇ ਮੈਂ ਮੋਦੀ ਦਾ ਗੋਦੀ ਚ ਬਿਠਾਉਣਾ ਮੋਦੀ ਜੀ ਮੋਦੀ ਮੀਡੀਆ ਨਾਲ ਇਧਰ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਆ ਗਈਆਂ ਜੀ ਸਾਰੇ ਮੁੰਡੇ ਆ ਗਏ ਮੋਦੀ ਤੁਹਾਡੇ ਪਰੋਣੇ ਆ ਗਏ ਇਹ ਸਾਰੇ ਮੁੰਡੇ ਆ ਗਏ ਮੋਦੀ ਤੁਹਾਡੇ ਪਰੋਣੇ ਆ ਗਏ ਚਾਹ ਪਾ ਛੱਡ ਬਾਈ ਜੀ ਆਏ ਮੰਨ ਲਓ 500 ਬੰਦਾ ਜੁੜ ਗਿਆ ਲਾਈਵ 500 ਬੰਦਾ ਬਾਈ ਜੁੜ ਗਿਆ ਕੀ ਬਿਆਨ ਦਿੰਦੇ ਜੀ ਅੱਜ ਲੈ ਬਾਈ ਬੋਲ ਜੁੜ ਗਿਆ ਬੰਦਾ 300-400 ਜੁੜ ਗਿਆ ਚੱਲ ਤਕਰੀਬਨ ਮੈਨੂੰ ਲਾ ਸੁਣੀ ਲਈ ਹੋਣੀ ਆ ਸਾਰੀ ਗੱਲਬਾਤ ਮੇਰੀ ਕੁਛ ਸਥਾਨ ਆਗੂਆਂ ਨਾਲ ਗੱਲ ਹੋਈ ਹੈ ਜਿਹੜੇ ਮੀਟਿੰਗ ਦੇ ਵਿੱਚ ਗਏ ਆ ਉਹਨਾਂ ਨੇ ਵੀ ਕਿਹਾ ਵੀ ਅੱਜ ਪੂਰੀ ਜਿਹੜੀ ਡਾਂਗ ਆ ਉਹ ਅੰਦਰ ਖੜਕੀ ਆ ਪੂਰੇ ਗੱਲਾਂ ਬਾਤਾਂ ਜਿਹੜੀਆਂ ਪੂਰੀਆਂ ਉਹ ਢਿੱਲੀਆਂ ਨਹੀਂ ਹੋਈਆਂ ਪੂਰੀਆਂ ਕੜਾਕੇਦਾਰ ਗੱਲਾਂ ਹੋਈਆਂ ਨੇ ਅੱਜ ਦੋ ਟੁੱਕ ਫੈਸਲਾ ਕਿਸਾਨ ਕਰਕੇ ਆਏ ਨੇ ਕਿ ਜਾਂ ਕਸੂਮ ਜਿਹੜੇ ਕਾਨੂੰਨ ਨੇ ਉਹ ਵਾਪਸ ਕਰੋ ਰੱਦ ਕਰੋ ਅਤੇ ਜਾਂ ਫਿਰ ਤੁਸੀਂ ਜਿਹੜਾ ਕਰਨਾ ਚਾਹੁੰਦੇ ਹੋ ਕੋਈ ਡਾਂਗਾਂ ਮਾਰਨੀਆਂ ਚਾਹੁੰਦੇ ਹੋ ਗੋਲੀਆਂ ਚਲਾਉਣੀਆਂ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਉਹਦੇ ਲਈ ਅਸੀਂ ਤਿਆਰ ਹਾਂ ਤਾਂ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਯਾਰ ਜਿਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਆਉਣਾ ਚਾਹੀਦਾ ਹਲੇ ਉਸ ਤਰੀਕੇ ਨਾਲ ਉਸ ਹਿਸਾਬ ਦੇ ਨਾਲ ਪੰਜਾਬ ਅਤੇ ਹਰਿਆਣਾ ਨਹੀਂ ਆਏ ਹੁਣ ਤੁਰੇ ਹੋਏ ਨੇ ਆ ਵੀ ਰਹੇ ਨੇ ਪਰ ਜਿਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਘੱਟੋ ਘੱਟ ਮੈਂ ਮੰਨਦਾ ਕਿ ਜੇ ਅਸੀਂ ਦਿੱਲੀ ਦੇ ਵਿੱਚ 20 ਲੱਖ ਬੰਦਾ ਵੀ ਇੱਥੇ ਆ ਕੇ ਉਤਰ ਜਗੇ ਤਾਂ ਇਹਨਾਂ ਨੂੰ ਦੂਜੇ ਦਿਨ ਕੋਈ ਫੈਸਲਾ ਲੈਣਾ ਪੈ ਜੂਗਾ ਵੀ ਹਾਂ ਭਾਈ ਅਸੀਂ ਕਾਨੂੰਨ ਰੱਦ ਕਰਦੇ ਹਾਂ ਹਲੇ ਵੀ ਆਪਾਂ ਨੂੰ ਜੋ ਕੇ ਦੇਖ ਰਹੇ ਆ ਹੁਣ ਆਪਾਂ ਇੱਕ ਗੱਲ ਤਾਂ ਦੇਖੋ ਇਹ ਉਹ ਗੱਲ ਆ ਵੀ ਗੱਲ ਅੜੀ 'ਤੇ ਆ ਗਈ ਆ ਆਪਾਂ ਅੜ ਭੰਨਣੀ ਆ ਜੇ ਦਿੱਲੀ ਦੀ ਅਤੇ ਅੜ ਭੰਨ ਕੇ ਜਾਣੀ ਹੈ ਧੌਣ 'ਚੋਂ ਕਿੱਲਾ ਕੱਢ ਕੇ ਜਾਣਾ ਦਿੱਲੀ ਦੇ ਉਦੋਂ ਬਿਨਾਂ ਦਿੱਲੀ ਤੋਂ ਆਪਾਂ ਜਾਣਾ ਨਹੀਂ ਹੈਗਾ ਅਤੇ ਇਹਦੇ ਲਈ ਆਪਾਂ ਨੂੰ ਤਾਕਤ ਆਪਣੀ ਗਿਣਤੀ ਹੈ ਜਿਹੜੀ ਉਹ ਵੱਡੀ ਕਰਨ ਦੀ ਲੋੜ ਆ ਸੋ ਮੈਂ ਮੇਰਾ ਵੀਰਾਂ ਨੂੰ ਬੇਨਤੀ ਕਰਦਾ ਵੀ ਆ ਜਿਹੜੇ ਹਲੇ ਵੀ ਬੈਠੇ ਪਿੰਡਾਂ ਦੇ ਵਿੱਚ ਸੋਚੀ ਜਾਂਦੇ ਆ ਕਿ ਕੋਈ ਗੱਲ ਨਹੀਂ ਅੱਜ ਚੱਲਦੇ ਹਾਂ ਕੱਲ੍ਹ ਚੱਲਦੇ ਹਾਂ ਹਲੇ ਕੀ ਹੈ ਕਮਾਲ ਹੋਈ ਪਈ ਆ ਯਾਰ ਦੇਖੋ ਜੇ ਅੱਜ ਤੁਸੀਂ ਨਹੀਂ ਆ ਸਕਦੇ ਜਾਂ ਅੱਜ ਨਹੀਂ ਆਉਣਾ ਚਾਹੁੰਦੇ ਜਾਂ ਅੱਜ ਨਾ ਆਏ ਤਾਂ ਮੈਨੂੰ ਲੱਗਦਾ ਫਿਰ ਤੁਹਾਡੇ ਕੋਲ ਸਮਾਂ ਨਹੀਂ ਬਚਣਾ ਪੰਜਾਬ ਨੇ ਤਬਾਹ ਹੋਣਾ ਬਰਬਾਦ ਹੋਣਾ ਇੱਥੋਂ ਗੱਲ ਇੱਕ ਯਾਦ ਰੱਖਿਓ ਇੱਥੋਂ ਇੱਕ ਗੱਲ ਤੈਅ ਹੋਣੀ ਹੈ ਜੇ ਆਪਾਂ ਜਿੱਤ ਗਏ ਆਪਾਂ ਇਹਨਾਂ ਦੀ ਅੜਭੰਨਤੀ ਆਪਾਂ ਪਿੱਛੇ ਧੱਕਤੇ ਤਾਂ ਇਹਨਾਂ ਦੀ ਹਿੰਮਤ ਨਹੀਂ ਹੈਗੀ ਇਹਨਾਂ ਦੀ ਔਕਾਤ ਨਹੀਂ ਹੈਗੀ ਆਉਣ ਵਾਲੇ 50 ਸਾਲ 100 ਸਾਲ ਆਪਣੇ ਵੱਲ ਝਾਕ ਜਾਣ ਜੇ ਆਪਾਂ ਨੂੰ ਇੱਥੋਂ ਇਹ ਪਿੱਛੇ ਕਰ ਗਏ ਆਪਾਂ ਉੱਤੋਂ ਵੀ ਹੋ ਗਏ ਇਹ ਕਾਨੂੰਨਾਂ ਨੂੰ ਆਪਾਂ ਨਾ ਰੱਦ ਕਰਾ ਸਕੇ ਤਾਂ ਯਾਦ ਰੱਖਿਓ ਆਉਣ ਵਾਲੇ 5-7 ਸਾਲਾਂ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਕਾਲੇ ਕਾਨੂੰਨ ਅਤੇ ਕਿਹੜਾ ਕਿਹੜਾ ਜ਼ੁਲਮ ਇਹਨਾਂ ਨੇ ਉਹ ਆਪਣੇ 'ਤੇ ਕਰਨਾ
ਇਹ ਗੱਲ ਹੁਣ ਆਪਣੇ ਤੈਅ ਕਰਦੀ ਆ, ਆਪਣੇ ਨਿਰਭਰ ਕਰਦੀ ਆ। ਆਪਾਂ ਤੈਅ ਕਰਨੀ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ, ਹਲੇ ਨਿਕਲਣਾ ਕਿ ਨਹੀਂ ਨਿਕਲਣਾ। ਕਮਾਲ ਹੋਈ ਪਈ ਹੈ, ਹਾਹਾਕਾਰ ਪੂਰੀ ਦੁਨੀਆ 'ਚ ਮੱਚੀ ਪਈ ਆ, ਅਮਰੀਕਾ 'ਚ, ਕਨੇਡਾ 'ਚ, ਇੰਗਲੈਂਡ 'ਚ, ਥਾਂ ਥਾਂ ਵਜਾਰੇ ਹੋ ਰਹੇ ਨੇ, ਥਾਂ ਥਾਂ ਪੰਜਾਬੀ ਜਿਹੜੇ ਬਾਹਰ ਸੜਕਾਂ 'ਤੇ ਨਿਕਲੇ ਹੋਏ ਨੇ। ਅੰਦਰੋਂ ਪੰਜਾਬ ਵਾਲੇ ਆ, 2 ਘੰਟਿਆਂ ਦੀ ਵਾਟ ਆ ਦਿੱਲੀ, ਇੱਥੋਂ ਨਹੀਂ ਉੱਠ ਕੇ ਤੁਸੀਂ ਆ ਸਕੇ ਯਾਰ। ਹਲੇ ਵੀ ਉਸ ਹਿਸਾਬ ਦੇ ਨਾਲ ਆਪਣੀ ਘੱਟੋ ਘੱਟ 3 ਕਰੋੜ ਆਬਾਦੀ ਹੋਣੀ ਆ ਪੰਜਾਬ ਦੀ, 3 ਕਰੋੜ ਆਬਾਦੀ ਦੇ ਹਿਸਾਬ ਨਾਲ ਮੈਂ ਸਮਝਦਾ 20-25 ਲੱਖ ਬੰਦਾ ਦਿੱਲੀ ਵੜਨਾ ਚਾਹੀਦਾ। ਹਲੇ ਬੰਦਾ ਘੱਟੋ ਘੱਟ ਦਿੱਲੀ 3-4 ਲੱਖ ਬੰਦਾ ਹੀ ਹਲੇ ਦਿੱਲੀ ਹੈ, ਪੰਜਾਬ ਅਤੇ ਹਰਿਆਣੇ, ਯੂਪੀ, ਰਾਜਸਥਾਨ ਅਤੇ ਹੋਰ ਸੂਬਿਆਂ ਦਾ ਲਾ ਕੇ। ਸੋ ਮੇਰਾ ਵੀਰ, ਹਰ ਬੰਦੇ ਦਾ ਫਰਜ਼ ਆ, ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ, ਹਰ ਬੰਦੇ ਦੀਆਂ ਰੋਜ਼ੀ ਰੋਟੀ ਨੇ ਮਰਨਾ। ਸੋ ਛੱਡ ਕੇ ਯਾਰ ਸਾਰੇ ਕੰਮ ਕਾਰ ਇੱਕ ਵਾਰੀ, ਹੁਣ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਆ, ਵਾਰ ਵਾਰ ਤੁਹਾਨੂੰ ਕੀ ਗੱਲਾਂ ਕਹੇ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਇੱਥੇ ਕੋਈ ਕਮੀ ਨਹੀਂ। ਕਈ ਸੱਜਣ ਫੋਨ ਕਰਦੇ ਆ ਬਈ ਲੰਗਰ 'ਚ ਕੀ ਘਾਟ ਹੈ, ਕੀ ਕਮੀ ਆ, ਅਸੀਂ ਲੈ ਕੇ ਆਉਣਾ। ਕੋਈ ਕਿਸੇ ਪ੍ਰਕਾਰ ਦੀ ਕਮੀ ਨਹੀਂ, ਲਹਿਰਾਂ ਬਹਿਰਾਂ ਲੱਗੀਆਂ ਹੋਈਆਂ, ਤੜਕੇ ਤੋਂ ਲੈ ਕੇ ਇੱਥੇ ਖੀਰਾਂ ਚੱਲ ਰਹੀਆਂ ਨੇ, ਦਹੀਆਂ ਚੱਲ ਰਹੀਆਂ ਨੇ, ਬ੍ਰੈਡ, ਪਕੌੜੇ। ਮੈਂ ਕਹਿੰਦਾ ਯਾਰ ਕੋਈ ਚੀਜ਼ ਦੀ ਕਮੀ ਨਹੀਂ, ਬਦਾਮਾਂ ਦੇ ਵੀ ਲੰਗਰ ਇੱਥੇ ਲੱਗ ਗਏ ਆ। ਅੱਜ ਤੜਕੇ ਮੁੰਡਿਆਂ ਨੇ ਕੁਛ ਪੰਜਾਬ ਤੋਂ ਆਏ ਸੀ, ਜਿਹੜੇ ਕੋਕਾ ਕੋਲਾ, ਇਹਨਾਂ ਦਾ ਵੀ ਲੰਗਰ ਲਾਇਆ। ਜਾਣੀ ਕੋਈ ਕਿਸੇ ਵੀ ਚੀਜ਼ ਦੀ ਇਸ ਇੱਥੇ ਕਮੀ ਨਹੀਂ ਇਸ ਵਕਤ ਹੈਗੀ, ਕਿ ਕੋਈ ਚੀਜ਼ ਇਸ ਵਕਤ ਮੈਨੂੰ ਲੱਗਦਾ ਜਿਹੜੇ ਭਰਾ ਕਹਿੰਦੇ ਆ, ਕੋਈ ਗੱਲ ਨਹੀਂ, ਜਦੋਂ ਲੋੜ ਪਊ ਉਦੋਂ ਲੈ ਆਓ, ਫਿਲਹਾਲ ਕੋਈ ਚੀਜ਼ ਆਪਾਂ ਨੂੰ ਨਹੀਂ ਇੱਥੇ ਜ਼ਰੂਰਤ। ਜਿੱਧਰ ਅਸੀਂ ਬੈਠੇ ਹਾਂ, ਸਿੰਘੂ ਬਾਰਡਰ ਦੀ ਮੈਂ ਗੱਲ ਕਰ ਰਿਹਾ, ਦੂਜੇ ਪਾਸੇ ਜਿਹੜਾ ਟਿਕਰੀ ਬਾਰਡਰ ਦੇ ਉੱਤੇ, ਟਿਕਰੀ ਵਾਲੇ ਪਾਸੇ ਜੇ ਕੋਈ ਲੋੜ ਹੈਗੀ ਆ, ਉੱਧਰ ਵਾਲਾ ਲੋੜ ਹਲੇ ਹੈਗੀ ਆ, ਜੇ ਉੱਧਰ ਵੀ ਤੁਸੀਂ ਲਿਜਾਣਾ ਚਾਹੁੰਦੇ ਤਾਂ ਉੱਧਰ ਆਪਣਾ ਜਿਹੜਾ ਸਮਾਨ ਆ ਕੋਈ ਲਿਜਾ ਸਕਦੇ ਆ। ਬਾਈ ਇੱਕ ਜਿਹੜਾ ਬਾਦਲ ਨੇ ਉਹ ਕੀਤਾ ਗਾ ਅਵਾਰਡ ਮੋੜਿਆ, ਉਹਦੇ ਬਾਰੇ ਦੇਖੋ ਬਾਦਲ ਸਾਹਿਬ, ਤੁਸੀਂ ਕਿਹਾ ਕਿ, ਮੈਂ ਵੀ ਬਿਆਨ ਪੜ੍ਹ ਰਿਹਾ ਸੀ ਰੰਧਾਵੇ ਅੱਜ, ਕਿ ਬਾਦਲ ਸਾਹਿਬ ਨੇ ਕਿਹਾ ਕਿ ਮੈਂ, ਮੇਰੇ ਕੋਲ ਹੋਰ ਕੁਛ ਨਹੀਂ ਹੈਗਾ ਕਿਸਾਨਾਂ ਨੂੰ ਦੇਣ ਲਈ, ਅਤੇ ਮੈਂ, ਮੇਰੇ ਕੋਲ ਇੱਕੋ ਹੀ ਵਾਰਡ ਸੀ ਕਿ ਮੈਂ ਉਹ ਵਾਪਸ ਕਰਤਾ। ਬਾਦਲ ਸਾਹਿਬ ਮੈਨੂੰ ਐਂ ਲੱਗਦਾ ਕਿ ਜੇ ਤੁਸੀਂ ਅੱਜ ਇੱਥੇ ਆ ਕੇ ਬੈਠ ਵੀ ਜਾਓ, ਖੁਦਾ ਨਾ ਖਾਸ ਤਾਂ ਤੁਸੀਂ ਇਸ ਦਿਵਸ ਤੁਹਾਡੀ ਮੌਤ ਵੀ ਹੋ ਜਾਵੇ ਇਸ ਲੜਾਈ ਦੇ ਵਿੱਚ, ਤਾਂ ਵੀ ਲੋਕ ਤੁਹਾਡੇ 'ਤੇ ਯਕੀਨ ਨਹੀਂ ਕਰਨਗੇ ਯਾਰ, ਕਿਉਂਕਿ ਤੁਸੀਂ ਉਹ ਆ ਜਿਨ੍ਹਾਂ ਨੇ ਇਹਨਾਂ ਨੂੰ, ਸੰਘੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਵਾੜਿਆ, ਪੰਥ ਦੇ ਵਿੱਚ ਵਾੜਿਆ, ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਦਾਤੀ ਤੁਸੀਂ ਪਵਾਈ ਇਹਨਾਂ ਲੋਕਾਂ ਤੋਂ, ਜਿਹੜੀ ਇਹਨਾਂ ਦੀ ਹਿੰਮਤ ਪਈ ਹੈ ਇੰਨੀ, ਇਹ ਤੁਹਾਡੀ ਵਜ੍ਹਾ ਕਰਕੇ, ਤੁਹਾਡੀ ਬਦੌਲਤ 'ਤੇ ਸਾਰਾ ਕੁਛ ਹੋਇਆ। ਜੇ ਤੁਸੀਂ ਇਹਨਾਂ ਨੂੰ ਸ਼ਹਿਰ ਨਾ ਦਿੰਦੇ, ਹੱਲਾਸ਼ੇਰੀਆਂ ਨਾ ਦਿੰਦੇ, ਨਾਲ ਨਾ ਲਾ ਕੇ ਚੱਲਦੇ, ਉਦੋਂ ਦਾ ਤੁਹਾਡਾ 9 ਮਾਸ ਦਾ ਰਸਤਾ ਸੀ, ਪਤੀ ਪਤਨੀ ਦਾ ਰਸਤਾ ਸੀ, ਇੱਕ ਸਮਾਂ ਤੁਸੀਂ ਆ ਬੜਾ ਸਮਾਂ ਨਹੀਂ, ਮਤਲਬ 2-2.5 ਮਹੀਨੇ ਪਹਿਲਾਂ ਦੇ ਤੁਹਾਡਾ ਬਿਆਨ ਆਇਆ ਹੋਇਆ, ਵੀਡੀਓ ਵੀ ਆਈ ਹੋਈ ਹੈ ਕਿ ਇਹ ਕਾਨੂੰਨ ਨੇ ਜਿਹੜੇ, ਇਹ ਜਿਹੜੇ ਆਰਡੀਨੈਂਸ ਨੇ ਕਿਸਾਨਾਂ ਦੇ ਹੱਕ 'ਚ ਨੇ, ਹੁਣ ਤੁਸੀਂ ਇੱਕਦਮ ਹੀ ਬਦਲ ਗਏ ਕਿ ਮੈਂ ਆਪਣਾ ਅਵਾਰਡ, ਹੁਣ ਮੈਨੂੰ ਲੱਗਦਾ ਲੋਕ ਤੁਹਾਡੀਆਂ ਗੱਲਾਂ 'ਚ ਨਹੀਂ ਆਉਣਗੇ, ਇਹ ਹੁਣ ਤੁਹਾਡਾ ਉਹ ਵੇਲਿਓਂ ਖੁੰਜੀ ਡੂਮਣੀ ਹੈ, ਟੋਲੇ ਆਲ ਪਤਾਲ, ਉਹ ਗੱਲ ਹੈ ਕਿ ਹੁਣ ਤੁਹਾਡੇ ਪੱਲੇ ਕੁਛ ਰਿਹਾ ਨਹੀਂ ਹੈਗਾ। ਬੰਦੇ ਭੇਜੋ ਵੱਧ ਤੋਂ ਵੱਧ, ਹਾਂ ਉਹੀ ਸੋ ਕਹਿੰਦਾ ਕਿ ਯਾਰ ਬਾਈ ਭਰਾ ਬਾਹਰਲਿਆਂ ਨੂੰ ਭਰਾ ਤੁਹਾਡੀ ਇਹੀ ਬੇਨਤੀ ਆ, ਕੋਈ ਦੁੱਕੀ ਨਾ ਭੇਜੋ ਇੱਥੇ, ਆਪਣੇ ਪਿੰਡਾਂ 'ਚ ਪੈਸੇ ਭੇਜ ਕੇ ਉਹਨੂੰ ਕਹੋ ਯਾਰ ਭਰੇ 'ਚ ਬੈਠਾ ਹੀ ਕਰਦੇ ਆ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਸੱਜਣਾ ਬੇਲੀਆਂ ਨੂੰ, ਪਿੰਡ ਵਾਲਿਆਂ ਨੂੰ, ਜੋ ਵੀ ਤੁਹਾਡੇ ਪਿੰਡਾਂ ਸੰਬੰਧ ਨੇ ਉਹਨਾਂ ਨੂੰ ਇਹ ਕਹੋ ਘਰੇ ਬੈਠੇ ਹੀ ਕਰਦੇ ਆ ਯਾਰ। ਹੁਣ ਘਰੇ ਬੈਠਣ ਦਾ ਵੇਲਾ ਥੋੜ੍ਹੀ ਆ, ਹੁਣ ਤਾਂ ਸਾਡੀ ਐਂ ਸਿਰ ਧੜ ਦੀ ਲੱਗੀ ਹੋਈ ਹੈ, ਜਾਂ ਉਸ ਪਾਸੇ ਜਾਂ ਉਸ ਪਾਸੇ ਕਰਕੇ ਜਾਵਾਂਗੇ ਭਰਾ, ਕੰਮ ਜਿਹੜਾ ਤੁਸੀਂ ਕਰੀ ਬੈਠੋ ਵੀ ਹੁਣ ਆਮ ਨੇ ਆ, ਕੱਲ੍ਹ ਉਹਨੇ ਆਹ ਨਾ ਮੇਰਾ ਵੀਰ ਕਰੋ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਆਪੋ ਆਪਣੇ ਜਿਵੇਂ ਵੋਟਾਂ ਵੇਲੇ ਸੁਨੇਹੇ ਲਾਉਂਦੇ ਸੀ ਨਾ 17 ਵੇਲੇ, ਵੀ ਇਹਨੂੰ ਵੋਟ ਪਾਓ, ਐਂ ਪਾਓ, ਐਂ ਕਰੋ, ਆ ਕੇ ਉੱਥੋਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਹਮਾਇਤ ਵੀ ਕੀਤੀ, ਫੰਡ ਵੀ ਭੇਜਿਆ, ਹੁਣ ਉਸ ਤਰ੍ਹਾਂ ਲੋਕਾਂ ਨੂੰ ਤੋਰੋ ਕਿ ਹੁਣ ਯਾਰ ਵਕਤ ਨਹੀਂ ਹੈਗਾ। ਇੱਥੋਂ ਜੇ ਅਸੀਂ ਖੁੰਝ ਗਏ ਨਾ, ਤਾਂ ਯਾਦ ਰੱਖੋ ਅਸੀਂ ਬਹੁਤ ਪਛਤਾਵਾਂਗੇ ਅਤੇ ਬਹੁਤ ਵੱਡਾ ਘਾਟਾ ਖਾਵਾਂਗੇ। ਅਤੇ ਗੁਰਦਾਸ ਮਾਨ ਬਾਰੇ ਬਾਈ ਕੀ ਕਹਿਣਾ ਚਾਹੁੰਦੇ ਹੋ, ਅੱਜ ਬਿਆਨ ਆਇਆ ਗੁਰਦਾਸ ਮਾਨ ਦਾ, ਬਹੁਤ ਚਿਰ ਬਾਅਦ ਨੀਂਦ ਖੁੱਲੀ ਹੈ ਵੀ ਮੈਥੋਂ ਪੰਜਾਬੀ ਹੋਣ ਦਾ ਹੱਕ ਨਾ ਖੋਵੋ, ਗੁਰਦਾਸ ਮਾਨ ਦੀ ਨੀਂਦ ਖੁੱਲੀ ਅੱਜ, ਦੱਸੋ। ਸੋ ਮਾਨ ਸਾਹਿਬ, ਜਿਹੜੇ ਹੱਕ ਖੋਣ ਦੀ ਤੁਸੀਂ ਗੱਲ ਕੀਤੀ ਆ, ਹੱਕ ਤੁਸੀਂ ਉਸ ਦਿਨ ਹੀ ਮੈਨੂੰ ਲੱਗਦਾ ਗਵਾ ਲਿਆ ਸੀਗਾ, ਜਿੱਦੇ ਤੁਸੀਂ ਉੱਥੇ ਡੇਰੇ 'ਚ ਜਾ ਕੇ ਅਤੇ ਬੀੜੀਆਂ ਜਿਹੜੇ ਪੀਂਦੇ ਨੇ ਭੰਗ ਪੀਣ ਵਾਲਿਆਂ ਦੇ, ਉੱਥੇ ਸਾਡੀ ਜਵਾਨੀ ਨੂੰ ਉੱਧਰ ਨੂੰ ਲੈ ਤੁਰੇ ਸੀਗੇ, ਉਦੋਂ ਹੀ ਤੁਹਾਡਾ ਪਤਾ ਲੱਗ ਗਿਆ ਸੀਗਾ ਤੁਸੀਂ ਕਿੰਨਾ ਕੁ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਹਮਦਰਦ ਹੋ। ਬਾਕੀ ਮੈਂ ਨਿੱਜੀ ਤੌਰ 'ਤੇ ਜੇ ਗੱਲ ਕਰਾਂ, ਮਾਨ ਸਾਹਿਬ ਤੁਹਾਨੂੰ ਬੜਾ ਸਤਿਕਾਰ, ਮਾਣ, ਪਿਆਰ ਜਿਹੜਾ ਉਹ ਪੂਰੇ ਪੰਜਾਬ ਨੇ ਦਿੱਤਾ। ਬਾਬਾ ਬੋੜ ਤੁਸੀਂ ਕਹੇ ਗਏ, ਪੰਜਾਬੀ ਮਾਂ ਬੋਲੀ ਦੇ ਲਈ ਤੁਸੀਂ ਬਹੁਤ, ਮੈਂ ਇਹ ਨਹੀਂ ਕਹਿਣਾ ਤੁਸੀਂ ਗਾਇਆ ਨਹੀਂ, ਬਹੁਤ ਗਾਇਆ, ਗੀਤ ਵੀ ਗਾਏ, ਚੰਗੇ ਵੀ ਗਾਏ, ਸਾਰੇ ਤਰ੍ਹਾਂ ਦੇ ਗਾਏ,
पर जदों मैं निजी गल करदा बड़ा तुहानूं सुणदे सी जदों तुहाडे बारे पता लग्या कि तुसीं केपीएस गिल दे नाल तुहाडी यारी रही है वो केपीएस गिल जिहड़ा पंजाब दे बेकसूर मुंडिआं नूं चक चक के झूठे मुकाबले बना बना मारदे रहे वो केपीएस गिल जिहड़ियां साडियां मामा भैणां नूं थाणे दे विच नंगियां करके उन्हां दे उत्ते उन्हां दे प्यो नूं जां भरा नूं पाया जांदा सीगा वो जुल्म साडी कौम ते साडे लोकां ते होया ते तुसीं उन्हां नाल कहिंदे रहे आ कि तुसीं रोटी खांदे रहे आ उन्हां नाल थोड़ी सांझ रही है उस दिन तो ही मेरे दा भरावो दिलों रंधावा मान उतर गया सीगा ठीक है लोकां नूं हौली हौली पता लग गया ते अज अज मान साहब कहिंदे कि साथों पंजाबी पंजाबियां नूं तुसीं भरावो दित्ता की है तुसीं कहिंदे पंजाबी होण दा हक ना खोहो पंजाब नूं मान साहब ठीक है सभ्याचार की सेवा की गीत गाए है ये तो अलावा मैनूं दस दो कि पंजाब नूं पंजाब की जवानी नूं कहिड़ी सेध वह सेध भी आ जाओ डेरिया जिथे भंगा चलदियां ते जिथे चलदियां बीड़ियां इस करके मैनू लगता कि मान साहब हुण साडे कोलों भी वक्त खुंज गया है बाकी कुदरत रंधावे बड़ी भाई सिकवंदर कुदरत बड़ी बलवान हुंदी है बंदा बंदे तो लुको सकदा दुनिया तो लुको सकदा जिद्दां कुदरत बंदे नूं नंगा करन ते आउंदी है ना पर ओह आया दुद्ध दुद्ध ते पानी दा पानी हो जांदा ओह बहुत बंदिआं नाल होईआं चाहे ओह बादल होवे अज बादल दा भी खीरला समां जिहड़ा ओह मैनूं लगदा ओह इन्ना पत्तर है सारी उम्र जिहड़े बंदे ने राज कीता होवे लोकां दे विच वी ओह वी हरमन प्यारा सीगा ਅੱਜ ਅਖੀਰਲੇ ਸਮੇਂ ਦੇ ਜਾ ਕੇ ਜਿਹੜੀ ਹਾਲਾਤ ਅੱਜ ਹਾਲਤ ਬਾਦਲ ਦੀ ਹੋ ਗਈ ਹੈ ਜਾਂ ਉਲਾਸਮਾਨ ਦੀ ਹੋ ਗਈ ਹੈ ਇਹ ਕੁਦਰਤ ਦੇ ਰੰਗ ਹੁੰਦੇ ਆ ਤੁਸੀਂ ਦੁਨੀਆਂ ਨੂੰ ਬਹੁਤ ਚਿਰ ਬੁੱਧੂ ਬਣਾ ਸਕਦੇ ਹੋ ਲੋਕਾਂ ਨਾਲ ਧੋਖਾ ਕਰ ਸਕਦੇ ਹੋ ਪਰ ਜਦੋਂ ਕੁਦਰਤ ਫਿਰ ਐਂ ਤੁਹਾਨੂੰ ਖੋਲਦੀ ਆ ਨਾ ਉਦੋਂ ਫਿਰ ਉਹ ਸਾਰਾ ਕੁਛ ਸਾਹਮਣੇ ਕਰਕੇ ਰੱਖ ਦਿੰਦੀ ਆ ਅਤੇ ਉਹੀ ਮੈਨੂੰ ਲੱਗਦਾ ਅੱਜ ਚਾਹੇ ਗੁਰਦਾਸ ਮਾਨ ਹੋਵੇ ਚਾਹੇ ਬਾਦਲ ਹੋਵੇ ਇਹਨਾਂ ਨਾਲ ਹੋਇਆ ਦਲਜੀਤ ਦਲਜੀਤ ਦੋਸਾਂਝ ਨੇ ਕੰਗਣਾ ਨੂੰ ਬੜੇ ਸੋਹਣੇ ਜਵਾਬ ਦਿੱਤੇ ਅੱਜ ਦਲਜੀਤ ਪੱਗ ਬੰਨਦਾ ਉਹਨੂੰ ਆਪਾਂ ਆਉਣ ਨੂੰ ਇੱਥੇ ਸੋਚਦੇ ਸੀ ਵੀ ਉਹ ਵੀ ਆਊਗਾ ਪਰ ਉਹਨੇ ਚੰਗਾ ਕੀਤਾ ਕੰਗਣਾ ਬਾਰੇ ਉਹਦੇ ਉਹਦੇ ਲਈ ਵੀ ਬੋਲੋ ਉਹਨੂੰ ਇੰਟਰਨੈਸ਼ਨਲ ਲੈਵਲ 'ਤੇ ਲੋਕ ਦੇਖਦੇ ਆ ਬਾਲੀਵੁੱਡ ਹਾਲੀਵੁੱਡ ਸਾਰਾ ਉਹਨੂੰ ਦੇਖਦਾ ਹਾਂ ਇੱਕ ਨਾ ਆਪਣਾ ਗੋਰੇ ਮੈਂ ਨਾ ਇੱਕ ਸਰਗੁਣ ਮਹਿਤਾ ਕੁੜੀ ਹਾਂਜੀ ਹਾਂਜੀ ਕਪਿਲ ਸ਼ਰਮਾ ਜਿਹੜਾ ਉਹ ਹਾਸੇ ਖੇਡੇ ਵਾਲਾ ਪ੍ਰੋਗਰਾਮ ਕਰਦਾ ਹਾਂਜੀ ਹਾਂਜੀ ਅਤੇ ਇੱਕ ਦਲਜੀਤ ਦੀ ਆਪਾਂ ਗੱਲ ਕਰੀਏ ਦਲਜੀਤ ਦੀ ਬੜੀ ਜਿਹੜੀ ਟਵਿੱਟਰ ਦੇ ਉੱਤੇ ਬੜੀ ਜੰਗ ਚੱਲੀ ਹੋਈ ਹੈ ਨਾ ਬਹੁਤ ਸੋਹਣੇ ਜਵਾਬ ਕੰਗਣਾ ਨੂੰ ਵੀ ਉਹ ਮੁਕੇਸ਼ ਖੰਨੇ ਨੂੰ ਵੀ ਸ਼ਕਤੀਮਾਨ ਨੂੰ ਵੀ ਦਿੱਤੇ ਨੇ ਕਿਉਂਕਿ ਇਹ ਜਿਹੜੀ ਜੰਗ ਆ ਨਾ ਇਹ 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 ਨਾ ਆਪਾਂ ਸਮਝ ਗਏ ਜੰਗ ਕੋਈ ਸਿੱਖਾਂ ਜਾਂ ਇੱਕ ਫਿਰਕੇ ਦੀ ਹੈ ਇੱਕ ਵੱਖਰਿਆਂ ਲੋਕਾਂ ਦੀ ਨਹੀਂ ਹੈ ਜੰਗ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਦੀ ਸਾਂਝੀ ਹੈ ਕਈ ਨਾ ਮੈਨੂੰ ਅੱਜ ਮੈਂ ਬੜੀ ਗੱਲ ਬੜੀ ਦੁੱਖ ਲੱਗਿਆ ਮੈਨੂੰ ਅੱਜ ਨਾ ਮੈਂ ਦੇਖਿਆ ਕਿ ਉਹ ਸਰਗੁਣ ਮਹਿਤਾ ਜਿਹੜੀ ਉਹ ਅਤੇ ਕਪਿਲ ਸ਼ਰਮਾ ਉਹ ਹਿੰਦੂ ਪਰਿਵਾਰਾਂ 'ਚੋਂ ਆਉਂਦੇ ਨੇ ਹੈ ਆਪਣੇ ਪੰਜਾਬੀ ਨੇ ਅੰਮ੍ਰਿਤਸਰ ਦੇ ਹਾਂ ਅਤੇ ਆਪਾਂ ਅੱਜ ਹਿੰਦੂ ਸਿੱਖ ਨਹੀਂ ਕਰਨਾ ਜੇ ਆਪਣੇ ਅੱਜ ਕਿਸੇ ਆਪਣੇ ਨਾਲ ਖੜ੍ਹੇ ਇਸ ਜੰਗ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਖੜ੍ਹੇ ਹੋਏ ਕਿਸੇ ਵੀ ਭਰਾ ਦੇ ਨਾਲ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਆ ਚਾਹੇ ਉਹ ਸਿੱਖ ਆ ਉਹਦੇ ਨਾਲ ਕੋਈ ਇਸ ਤਰ੍ਹਾਂ ਟ੍ਰੋਲ ਹੁੰਦੀ ਆ ਉਹਦੇ ਨਾਲ ਕੋਈ ਉਹਨੂੰ ਗਾਲਾਂ ਕੱਢੀਆਂ ਜਾਂਦਾ ਉਹ ਤਾਂ ਉਹਦੇ ਨਾਲ ਖੜ੍ਹ ਜਾਓ ਆ ਕੇ ਉੱਥੇ ਨਾ ਸੋਚਿਆ ਕਰੋ ਵੀਰ ਫਲਾਨਾ ਹੈ ਅਤੇ ਨਹੀਂ ਅੱਜ ਉਹ ਸੋਚਣ ਦੀ ਲੋੜ ਨਹੀਂ ਹੈਗੀ ਅੱਜ ਜੋ ਵੀ ਬੰਦਾ ਜਿਹੜਾ ਇਹ ਬੰਦਾ ਕਿਸੇ ਧਰਮ ਦਾ ਅੱਜ ਕਿਸਾਨੀ ਘੋਲ ਦੇ ਨਾਲ ਖੜ੍ਹਾ ਅੱਜ ਇਸ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਿਹਾ ਉਹਨੂੰ ਅਸੀਂ ਸਿਰ ਝੁਕਾਈਏ ਦੋ ਕਦਮ ਚੱਲ ਕੇ ਆਉਂਦਾ ਸੀ ਚਾਰ ਅੱਗੇ ਚੱਲ ਕੇ ਉਹਨੂੰ ਜੱਫੀ ਪਾ ਕੇ ਅੱਜ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੋੜ ਹੁੰਦੀ ਹੈ ਚੱਲਣ ਦੀ ਲੋੜ ਅਤੇ ਇੱਕ ਵਾਰ ਜਿਹੜੀ ਮੀਟਿੰਗ ਆ ਉਹ ਬੇਸਿੱਟਾ ਰਹੀ ਆ ਉਹ ਸਿੱਧਾ ਜਵਾਬ ਦੇ ਗਏ ਵੀ ਉਹ ਕਹਿੰਦੇ ਸੀ ਸੋਧ ਵੀ ਸ਼ਾਇਦ ਕਰਨ ਨੂੰ ਤਿਆਰ ਨਹੀਂ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਅੜੀਅਲ ਰਵੱਈਆ ਜਿਹੜਾ ਹੈਗਾ ਉਹਨਾਂ ਦਾ ਉਹ ਇਸ ਗੱਲ 'ਤੇ ਆ ਕਿ ਅਸੀਂ ਕੋਈ ਸੋਧ ਉਹਦਾ ਯਾਰ ਤਿੰਨ ਮੀਟਿੰਗਾਂ ਹੋ ਗਈਆਂ ਰੰਧਾਵੇ ਤਿੰਨਾਂ ਮੀਟਿੰਗਾਂ ਦੇ ਵਿੱਚ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਤੁਸੀਂ ਐਂ ਦੱਸੋ ਵੀ ਕਾਨੂੰਨ ਸਹੀ ਗਲਤ ਕਿਵੇਂ ਆ ਉਹ ਤਾਂ ਇਹੀ ਜਿਹੜੀ ਸਿੱਧ ਕਰਨ ਦੀ ਕੋਸ਼ਿਸ਼ ਆ ਪ੍ਰਭਾਵ ਪਾਉਣ ਦੀ ਕੋਸ਼ਿਸ਼ ਆ ਜਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਗਲਤ ਨਹੀਂ ਹੈਗੇ ਸਹੀ ਨੇ ਉਹਦੇ ਵਿੱਚੋਂ ਅੱਜ ਕਿਸਾਨਾਂ ਨੇ ਮੈਂ ਫਿਰ ਦੱਸ ਦਿੰਦਾ ਦੋ ਟੁੱਕ ਫੈਸਲਾ ਕਰ ਰਿਹਾ ਜਥੇਬੰਦਕਾਂ ਨੇ ਵੀ ਅਸੀਂ ਕਾਨੂੰਨ ਰੱਦ ਕਰ ਦਿਓ ਬਿਨਾਂ ਕੋਈ ਸੋਧ ਅਸੀਂ ਕਿਸੇ ਗੱਲ ਤੇ ਰਾਜੀ ਨਹੀਂ ਹੈਗੇ ਇਹ ਗੱਲ ਬਹੁਤ ਵਧੀਆ ਹੋਈ ਬਹੁਤ ਵਧੀਆ ਗੱਲ ਹਾਂ ਬਾਈ ਜੀ ਦੂਜਾ ਨਾਂ ਕਿ ਲੋਕੀ ਬਹੁਤ ਫੋਨ ਲਾਉਂਦੇ ਨੇ ਕਿ ਅਸੀਂ ਆਈਏ ਕਿ ਨਾ ਆਈਏ ਬਿੱਲ ਰੱਦ ਹੋਣ ਦੇਖਣਾ ਉਹਨਾਂ ਨੂੰ ਜਿਹੜੇ ਘਰੇ ਬੈਠੇ ਉਹਨਾਂ ਨੂੰ ਕੀ ਸੰਦੇਸ਼ ਕਹਿਤਾ ਕਹਿਤਾ ਅੱਛਾ ਬਾਈ ਮੇਰਾ ਸਵਾਲ ਆ ਕਿ ਇੰਨੇ ਪੱਤਰਕਾਰਾਂ ਚ ਰੰਧਾਵਾ ਮੰਤਰੀ ਗੋਰਾ ਮੈਂ ਸਾਰਿਆਂ ਚ ਚੰਗਾ ਕਿਹੜਾ ਲੱਗਿਆ ਨਹੀਂ ਬਾਈ ਯਾਰ ਸੁੱਖ ਹੱਸਣ ਵਾਲੀ ਗੱਲ ਨਹੀਂ ਜਿਹੜੀ ਚੰਗੀ ਗੱਲ ਕਰਨੀ ਤੇ ਬਾਈ ਚੁੱਪ ਕਰ ਬਾਈ ਜੀ ਇਹ ਸਵਾਲ ਦਾ ਜਵਾਬ ਇਹਦਾ ਮਜ਼ਾਕ ਵਾਰ ਵਾਰ ਗੱਲ ਕਰਦੇ ਆ ਕਿ ਜਦੋਂ ਕੌਮਾਂ ਲੜਦੀਆਂ ਨੇ ਨਾ ਤੇ ਕੌਮਾਂ ਨੂੰ ਹੌਸਲੇ ਦੀ ਵੀ ਲੋੜ ਹੁੰਦੀ ਹੈ ਕੌਮਾਂ ਨੂੰ ਸਾਥ ਦੀ ਵੀ ਲੋੜ ਹੁੰਦੀ ਹੈ ਹਰ ਤਰ੍ਹਾਂ ਨੂੰ ਦਾ ਜਿਹੜੀ ਸਪੋਰਟ ਆ ਹਮਾਇਤ ਆ ਉਹ ਚਾਹੀਦੀ ਆ ਚਾਹੀਦੀ ਹੁੰਦੀ ਹੈ ਤੇ ਹੁਣ ਬਾਈ ਇਹਦੇ ਸਾਰਿਆਂ ਨਾਲੋਂ ਵੱਧ
ਧਰਨੇ ਤੇ ਬੰਦਿਆਂ ਦੀ ਲੋੜ ਆਪਾਂ ਨੂੰ ਹੋਰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹਨਾ ਕੀ ਲੋੜ ਨਹੀਂ ਹੁਣ ਤਾਂ ਗਿਣਤੀ ਮੈਂ ਕਹਿਣਾ ਜਿੱਡੀ ਵੱਡੀ ਗਿਣਤੀ ਪੰਜਾਬ ਹਰਿਆਣੇ ਹੋਰ ਸੂਬਿਆਂ ਤੋਂ ਹੋ ਜੂਗੀ ਰਾਜਸਥਾਨ ਤੋਂ ਵੀ ਆ ਗਏ ਹੁਣ ਅੱਜ ਵੀ ਚੱਲੇ ਨੇ ਕਿਸਾਨ ਆਪਣੇ ਵਧੀਆ ਗੱਲ ਹੋਈ ਹੋਈ ਰੰਧਾਵੇ ਕਿ ਬੁੱਢਾ ਦਲ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਮਿਲ ਕੇ ਆਇਆ ਸੀ ਨਿੰਗ ਸਿੰਘ ਜਿਹੜੇ ਆ ਮਿਲ ਕੇ ਆਇਆ ਹਾਂ ਉਹਨਾਂ ਨੇ ਵੀ ਆ ਕੇ ਮੋਰਚੇ ਲਾ ਲਿਆ ਹੁਣ ਤਾਂ ਕੋਈ ਵੀ ਵਰਗ ਯਾਰ ਘਰੇ ਰਹਿਣ ਦਾ ਬੇਲਾ ਨਹੀਂ ਰਿਹਾ ਮੇਰਾ ਵੀਰ ਵਾਰ ਵਾਰ ਤੁਹਾਨੂੰ ਬੇਨਤੀ ਕਰਦੇ ਆ ਨਹੀਂ ਯਾਦ ਰੱਖਿਓ ਅੰਦਰ ਵੜ ਕੇ ਅੱਖਾਂ 'ਚ ਘਸੁਣ ਦੇ ਰੋਇਆ ਕਰੋਗੇ ਕਿਉਂ ਉਦੋਂ ਕਿਉਂ ਨਾ ਗਏ ਜਾ ਵੜਦੇ ਤਾਂ ਆਪਣਾ ਹੱਲ ਹੋ ਜਾਂਦਾ ਉਦੋਂ ਰੋਇਆ ਪਛਤਾਇਆ ਕੱਖ ਨਹੀਂ ਸਾਡਾ ਬਣਨਾ ਭਰਾਵੋ ਅੱਜ ਤੁਹਾਨੂੰ ਵਾਰ ਵਾਰ ਬੇਨਤੀਆਂ ਕਰਦੇ ਹਾਂ ਵੀ ਹੁਣ ਐਨ ਗੱਲ ਸਿਖਰ ਤੇ ਖੜ ਗਈ ਆ ਜਾਂ ਉੱਧਰ ਤੇ ਜਾਂ ਉੱਧਰ ਲੱਗੂਗੀ ਇੱਕ ਪਾਸੇ ਗੱਲ ਲਾ ਕੇ ਜਾਣੀ ਹੈ ਖਾਲੀ ਵਾਪਸ ਨਹੀਂ ਮੁੜਨਾ ਜੋ ਹੁੰਦਾ ਹੋ ਜਾਏ ਬਾਈ ਜੀ ਕਈ ਬੰਦੇ ਨਾ ਕਲਾਕਾਰ ਮੈਨੂੰ ਅੱਜ ਟੱਕਰੇ ਉੱਥੇ ਉਹਾਂ ਦੇ ਕਿ ਮੁੰਡੇ ਫੋਟੋਆਂ ਬਹੁਤ ਖਿਚਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦਿੰਦੇ ਫੋਟੋਆਂ ਤੁਸੀਂ ਦੱਸੋ ਕੀ ਸੰਦੇਸ਼ ਦਿੰਦੇ ਜਿਹੜਾ ਜਿਹੜੇ ਕਲਾਕਾਰ ਨੇ ਉਹਾਂ ਦੇ ਸਤਾਉਂਦੇ ਨੇ ਬਹੁਤ ਜ਼ਿਆਦਾ ਹੀ ਔਖੇ ਬੜੇ ਆ ਚਲੋ ਮਸ਼ਹੂਰ ਬੰਦਿਆਂ ਨਾਲ ਬਾਈ ਇੱਕ ਕੁਦਰਤ ਦੀ ਤੈਨੂੰ ਗੱਲ ਦੱਸਾਂ ਅੱਜ ਦੋ ਤਿੰਨ ਬਾਜ਼ ਆਏ ਹੋਏ ਆ ਉੱਥੇ ਨਾਲ ਜਿੱਥੇ ਆਪਣੇ ਬੈਠੇ ਘੋੜਿਆਂ ਵਾਲੇ ਉੱਥੇ ਹੀ ਰਹਿੰਦੇ ਤਿੰਨੇ ਬਾਜ਼ ਹਾਂ ਮੈਂ ਫੋਟੋ ਵੀ ਦਿਖਾ ਦਿੰਦਾ ਅੰਦਰ ਜਜ਼ਬਾ ਇੰਨਾ ਬਈ ਸਾਰੇ ਲੋਕ ਮਤਲਬ ਜ਼ਿਆਦਾਤਰ ਰੋ ਰਹੇ ਆ ਲੋਕ ਬਾਹਰਲੇ ਦੇਸ਼ਾਂ 'ਚ ਫੋਨ ਲਾ ਕੇ ਵੀ ਯਾਰ ਹੋਈ ਕੀ ਜਾਂਦਾ ਸਾਡੇ ਨਾਲ ਧੱਕਾ ਹੋਈ ਜਾਂਦਾ ਜਾਂ ਪਾਠ ਕਰੀ ਜਾਂਦੇ ਆ ਬਸ ਹੁਣ ਘਰਾਂ 'ਚ ਬੈਠ ਕੇ ਨਾ ਆਪਣਾ ਫਿਰ ਰੋਣ ਦਾ ਵੇਲਾ ਨਹੀਂ ਹੁਣ ਤਾਂ ਨਿਕਲਣ ਦਾ ਵੇਲਾ ਯਾਰ ਹੁਣ ਨਿਕਲਣ ਦਾ ਵੇਲਾ ਅੱਜ ਨਾ ਨਿਕਲਦਾ ਫਿਰ ਕਦੇ ਨਿਕਲ ਨਹੀਂ ਦੇਣਾ ਸਾਡੀ ਗੱਲ ਅੱਜ ਸਾਰੀ ਉਮਰ ਰੋਣਾ ਹਾਂ ਸਾਰੀ ਉਮਰ ਕੀ ਬਾਈ ਸਾਡੀਆਂ ਨਸਲਾਂ ਦਾ ਖਾਤਮਾ ਇਹ ਨਸਲ ਘਾਤ ਹੋਣੀ ਆ ਸਾਡੀ ਯਾਦ ਰੱਖਿਓ ਇੱਥੇ ਮੁੰਡਾ ਆਪਣੇ ਆਇਆ ਮਹਾਵੀਰ ਚੰਗੀ ਗੱਲ ਹੈ ਬਾਹਰਲੇ ਭਰਾ ਬਹੁਤ ਇੱਥੇ ਆ ਵੀ ਰਹੇ ਆ ਜਿਨ੍ਹਾਂ ਦੀਆਂ ਬਾਹਰ ਨੂੰ ਜਹਾਜ਼ਾਂ ਦੇ ਚੜ੍ਹਨਾ ਸੀ ਟਿਕਟਾਂ ਟੁਕਟਾਂ ਲੱਗੀਆਂ ਵਾ ਟਿਕਟਾਂ ਟੁਕਟਾਂ ਕੈਂਸਲ ਕਰਾ ਕੇ ਰੱਦ ਕਰਾ ਕੇ ਉਹ ਵੀ ਆ ਗਏ ਆ ਬਾਹਰੋਂ ਇੱਕ ਪਾਇਆ ਵੀ 100 ਮੁੰਡਾ ਕੋਈ ਐਮਰਜੈਂਸੀ ਟਿਕਟਾਂ ਲੈ ਕੇ ਜਿਹੜਾ ਉਹ ਹਾਂ ਚੰਗੀ ਗੱਲ ਆ ਯਾਰ ਇਹਦੇ ਵਿੱਚ ਤਾਂ ਜਿੰਨਾ ਕੋਈ ਯੋਗਦਾਨ ਪਾ ਲਓਗੇ ਇਤਿਹਾਸ ਦੇ ਪੰਨਿਆਂ ਤੇ ਤੁਸੀਂ ਦਰਜ ਹੋਣਾ ਬਈ ਇੱਕ ਲੱਖੇ ਬਈ ਆਪਣੇ ਮਜ਼ਬੀ ਸਿੱਖਾਂ ਦੇ ਮੁੰਡੇ ਬਹੁਤ ਆਏ ਕਿੰਨਾ ਕੋਲ ਜ਼ਮੀਨਾਂ ਹੈਣਗੀਆਂ ਪਰ ਜ਼ਮੀਰ ਹਾਂ ਬਹੁਤ ਜ਼ਿਆਦਾ ਬਈ ਮੈਂ ਇੱਥੇ ਇੱਕ ਹੋਰ ਬਿਆਨ ਕਹਿਣਾ ਚਾਹੁੰਦਾ ਮੈਂ ਜਥੇਬੰਦੀਆਂ ਨੂੰ ਅਪੀਲ ਵੀ ਪੇਸ਼ ਕੀਤੀ ਸੀ ਮੈਂ ਮੀਡੀਆ ਰਾਹੀਂ ਤੁਹਾਡੇ ਰਾਹੀਂ ਸਾਰਾ ਕਹਿਣਾ ਚਾਹੁੰਦਾ ਕਿ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਸਰਕਾਰੀ ਜ਼ਮੀਨਾਂ ਪਈਆਂ ਨੇ ਜਿਹਨੂੰ ਆਪਾਂ ਪੰਚਾਇਤੀ ਜ਼ਮੀਨਾਂ ਵੀ ਕਹਿ ਦਿੰਦੇ ਹਾਂ ਉਹ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਵਿੱਚ ਵੰਡੀਆਂ ਜਾਣ ਬਿਲਕੁਲ ਇਸ ਗੱਲ ਦੇ ਉੱਤੇ ਵੀ ਸਾਨੂੰ ਇੱਥੋਂ ਇੱਕ ਐਲਾਨ ਹੋਣਾ ਚਾਹੀਦਾ ਜਥੇਬੰਦੀਆਂ ਵੱਲੋਂ ਇੱਥੋਂ ਇਹ ਸੰਘਰਸ਼ ਦੇ ਵਿੱਚੋਂ ਐਲਾਨ ਹੋਣਾ ਚਾਹੀਦਾ ਉਹ ਜ਼ਮੀਨਾਂ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਣ ਜਿਹੜੇ ਬੇਜ਼ਮੀਨੇ ਲੋਕ ਨੇ ਅਨੁਸੂਚਿਤ ਜਾਤੀ ਦੇ ਲੋਕ ਨੇ ਜਿਨ੍ਹਾਂ ਨੂੰ ਇਹ ਦਲਿਤ ਕਹਿ ਦਿੰਦੇ ਨੇ ਉਹਨਾਂ 'ਚ ਵੰਡੀਆਂ ਜਾਣ ਦੇਖੋ ਬਹੁਤ ਵਧੀਆ ਗੱਲ ਆ ਬਾਈ ਦੇਖੋ ਇਹ ਆਪਾਂ ਵਾਰ ਵਾਰ ਗੱਲ ਕਰਦੇ ਮੈਂ ਤਾਂ ਕਹਿੰਦਾ ਜੇ ਆਪਾਂ ਸਿੱਖੀ ਦੀ ਗੱਲ ਕਰਦਾ ਸਿੱਖੀ ਦਾ ਕੋਈ ਜਾਤ ਪਾਤ ਹੈ ਹੀ ਨਹੀਂ ਯਾਰ ਜਾਤਾਂ ਪਾਤਾਂ ਜਾਂ ਆਪਾਂ ਨੂੰ ਵੰਡਣ ਵਾਲੇ ਵੀ ਹੈਗੇ ਹਨ ਤਾਂ ਮੈਂ ਕਹਿੰਦਾ ਸਾਰੇ ਇੱਕ ਨੇ ਚਾਹੇ ਉਹ ਕੋਈ ਵੀ ਵਰਗ ਕੋਈ ਵੀ ਖਿੱਤੇ ਦੇ ਲੋਕ ਪੰਜਾਬ ਹਰਿਆਣੇ 'ਚ ਉੱਠ ਕੇ ਆਏ ਨੇ ਤਾਂ ਸਾਰੇ ਇੱਕ ਨੇ ਇੱਥੇ ਆਪਾਂ ਨੂੰ ਕੋਈ ਜਾਤ ਪਾਤ ਕੋਈ ਧਰਮ ਦੀ ਗੱਲ ਨਹੀਂ ਸਾਰੇ ਉਹ ਉਦੋਂ ਉੱਪਰ ਉੱਠ ਕੇ ਆਏ ਨੇ ਅਤੇ ਆਪੋ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਆਪੋ ਆਪਣੀਆਂ ਆਪਣੀ ਧਰਤੀ ਨੂੰ ਬਚਾਉਣਾ ਹੈ ਆਪਣੇ ਪਾਣੀਆਂ ਨੂੰ ਬਚਾਉਣਾ ਹੈ ਹੱਕਾਂ ਨੂੰ ਅਸੀਂ ਕਿਵੇਂ ਲੈਣਾ ਤਾਂ ਮੈਂ ਇੱਕੋ ਗੱਲ ਫਿਰ ਤੁਹਾਨੂੰ ਕਹਿ ਦਿੰਦਾ ਅਖੀਰ ਦੇ ਉੱਤੇ ਕਿ ਸਾਨੂੰ ਅੱਜ ਆਪਣੇ ਇਤਿਹਾਸ ਤੋਂ ਸਿੱਖਣਾ ਲੈਣ ਦੀ ਲੋੜ ਆ ਇਤਿਹਾਸ ਤੋਂ ਇਤਿਹਾਸ ਪੜ੍ਹ ਕੇ ਉਹਨਾਂ ਯੋਧਿਆਂ ਨੂੰ ਯਾਦ ਕਰਕੇ ਆਪਣੀਆਂ ਤਸੀਰਾਂ ਨੂੰ ਝੰਝੋੜਾ ਮਾਰਨ ਦੀ ਲੋੜ ਆ ਤਸੀਰਾਂ ਗਰਮ ਕਰਨ ਦੀ ਲੋੜ ਹੈ ਅੰਦਰ ਸਾਡਾ ਖੂਨ ਖੋਲਣਾ ਚਾਹੀਦਾ ਕਿ ਯਾਰ ਅਸੀਂ ਉਹਨਾਂ ਦੇ ਵਾਰਸ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਹਮੇਸ਼ਾ ਆਪਣੀਆਂ ਹਿੱਕਾਂ ਡਾਹੀਆਂ ਨੇ ਅੱਜ ਅਸੀਂ ਹਿੱਕਾਂ ਡਾਉਣੀਆਂ ਨੇ ਜ਼ੁਲਮ ਸਾਡੇ 'ਤੇ ਜੇ ਅੱਜ ਅਸੀਂ ਇਕੱਠੇ ਹੋ ਕੇ ਹੰਬਲਾ ਮਾਰ ਕੇ ਇਹਨਾਂ ਦਾ ਮੂੰਹ ਤੋੜ ਗਏ ਨਹੀਂ ਇਕੱਲੇ ਨੂੰ ਉਦੋਂ ਬਾਅਦ ਇਕੱਲੇ ਨੂੰ ਇਹਨਾਂ ਨੇ ਟਾਰਗੇਟ ਕਰਨਾ ਇਕੱਲੇ ਨੂੰ ਨਿਸ਼ਾਨੇ 'ਤੇ ਲਿਆਉਣਾ ਇਕੱਲੇ ਨੂੰ ਨਿਸ਼ਾਨੇ 'ਤੇ ਲਿਆ ਕੇ ਫਿਰ ਨੁਕਸਾਨ ਕਰਨਗੇ ਸਾਰਿਆਂ ਦਾ ਬਾਈ ਇੱਕ ਕਹਿੰਦੇ ਵੀ ਮੇਰਾ ਰੋਣ ਆਈ ਜਾਂਦਾ ਵੀ ਕਿਸਾਨ ਸਾਡੇ ਰੋਟੀ ਆਪ ਲੈ ਕੇ ਗਏ ਉਹਨਾਂ ਦੀ ਰੋਟੀ ਨਹੀਂ ਖਾਧੀ ਪਿਛਲੀ ਵਾਰ ਜਿਹੜੇ ਕਹਿੰਦੇ ਸੀ ਵੀ ਉਹਨਾਂ ਦੀ ਖਾਧੀ ਆ ਉਹਦੇ ਬਾਰੇ ਕੀ ਬਿਆਨ ਕੀ ਗੱਲ ਆ ਅੱਜ ਜੋ ਵੀ ਜਥੇਬੰਦੀਆਂ ਨੇ ਇੱਕ ਵਧੀਆ ਗੱਲ ਮੇਰੀ ਆਗੂ ਨਾਲ ਗੱਲ ਹੋਈ ਹੈ ਉਹ ਕਹਿੰਦਾ ਵੀ ਅੱਜ ਜਿਹੜੀਆਂ ਜਿੰਨੀਆਂ ਜਥੇਬੰਦੀਆਂ ਗੰਗਾਂ ਸੀ ਪੰਜਾਬ ਦੀਆਂ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਯੂਪੀ ਵਾਲੇ ਸੀ ਮੱਧ ਪ੍ਰਦੇਸ਼ ਵਾਲੇ ਸੀਗੇ ਮਹਾਰਾਸ਼ਟਰ ਵਾਲੇ ਸਾਰਿਆਂ ਦੀ ਇੱਕੋ ਹੀ ਆਵਾਜ਼ ਸੀ ਇੱਕੋ ਹੀ ਬੋਲੀ ਬੋਲੀ ਹੈ ਕਿਸੇ ਨੇ ਆਪਣਾ ਰਾਗ ਨਹੀਂ ਲਾਪਿਆ ਵੀ ਐਂ ਹੋਣਾ ਚਾਹੀਦਾ ਐਂ ਹੋਣਾ ਚਾਹੀਦਾ ਸਾਰਿਆਂ ਨੇ ਇੱਕੋ ਹੀ ਆਵਾਜ਼ ਦੇ ਵਿੱਚ ਗੱਲ ਕੀਤੀ ਹੈ ਅਤੇ ਸਰਕਾਰ ਦੇ ਵੀ ਇਸ ਗੱਲੋਂ ਕੰਨ ਖੜੇ ਹੋਏ ਵੀ ਨਹੀਂ ਹੁਣ ਇੱਕ ਹੋ ਗਏ ਹੁਣ ਬਸ ਮੇਰਾ ਵੀਰ ਇੱਕ ਹੋਰ ਬੇਨਤੀ ਮੈਂ ਕਰਦਾ ਜਿਵੇਂ ਰਾਤ ਆਪਾਂ ਦੇਖਿਆ ਕੁਛ ਬੰਦੇ ਉਹਨਾਂ ਨੇ ਛੱਡੇ ਆ ਬਈ ਅੱਜ ਕੁੜੀਆਂ ਵੀ ਇੱਥੇ ਆਈਆਂ ਵੀ ਅਸੀਂ ਵੀਡੀਓ ਬਣਾਈਆਂ ਤੇ ਉਹ ਵੀਡੀਓ ਜਿਹੜੀਆਂ ਫੜੇ ਫੜੇ ਵੀ ਗਏ ਆ
हो सकता साढ़े को अज भी खबर ने अपनी टीम वैसे बकायदा बनिया हुई ने बिच अपने बंदे छड के उन्होंने को झंडे फटा के बिले लवा के इस तरह दड़बड़ा करा सकते हैं मेरा वीर ये तो सू सचेत रहने की लड़ है क्योंकि जितते हुए संघर्ष उदों ही हारा जाता है जदों कोई इस तरह का माहौल बन जाता तो यह कोई ना कोई मैं ये लगता कि जिहड़ियां मीटिंगां कर रहे हैं मीटिंगां कर रहे हैं उन्हां समय इन्हां नूं ये लग रहा है कि कोई ना कोई इन्हां दे विच माहौल पैदा करो मेरी गल सुन ला अज किसान भी यही कह के आए है जे तुसीं नहीं कानून रद्द करने तां साडे फिर डांगा मार दिओ गोलियां मार दिओ यही है ना फिर जे ये मारन ते आउणगे तां मार देण कोई गल नहीं यार भरा नहीं गल्लां हैगियां कोई गल नहीं आउण दे जिहड़ियां फोर्सां आउंदियां ने कोई चक्कर नहीं हैगी कोई चक्कर नहीं हैगा इह गल दा एवें ना गल हिल जुल हो जांदे ओ इधरों लांघे ओए पिछे आ कख नहीं हुंदा एवें उत्थे मैं फिर इत्थे वी बेनती करदा जदों किस तरह की गलबात हुंदी उदों इकट्ठे होवो ना कि उदों इधर उधर आपां हिल जुल करके इकट्ठे हो के नाल ही नाल सुनेहा सारा तक पहुंचा दिओ रात नूं जे किसे ट्राली कोले किते होर थां ते गड़बड़ हुंदी है तां सुनेहा पूरा जिन्ना भी इत्थे काफला कड़ा सारे सुनेहा ला के सारयां नूं चकन्ने करदा बिल्कुल अच्छा रंधावा भी बैठा भाई मैं गल समाप्त करनी आ रात गल करदे मैनूं कहिंदा यार भी मैं गल कहिंदा हुंदा सी भी भगत सिंह होरी किवें कुर्बानियां दे गए ते अज मैनूं आप ही अखां चों हांजी रात नूं असीं दोनों गल्लां करदे कहिंदा देख हुण पता लगदा भी जज्बा की आ ਕਿਵੇਂ ਆਪ ਹੀ ਇਤਾਬਲੇ ਹੋਏ ਪਏ ਅਸੀਂ ਮੂਰੇ ਜਾਈਏ ਬਾਈ ਇਹ ਰਾਤ ਰੋਂਦਾ ਸੀ ਬੰਦਾ ਸੁੱਖ ਰੋਇਆ ਬਈ ਰਾਤ ਰੋਇਆ ਆਪਾਂ ਸੱਚੀ ਗੱਲ ਹਰ ਦੇਖੋ ਹਰ ਬੰਦੇ ਦਾ ਮਨ ਹੈ ਜਿਹੜਾ ਹਨਾ ਜਜ਼ਬਾਤਾਂ ਨਾਲ ਭਰਿਆ ਹੋਇਆ ਹਰ ਬੰਦੇ ਨੂੰ ਅੱਛਾ ਜਿੱਤ ਦੀ ਉਮੀਦ ਹਾਂ ਜਿੱਤ ਦੀ ਉਮੀਦ ਕੱਲਾ ਪੰਜਾਬ ਨਹੀਂ ਕੱਲੇ ਪੰਜਾਬੀ ਨਹੀਂ ਭਾਰਤ ਨਹੀਂ ਦੁਨੀਆਂ ਦੇ ਵਿੱਚ ਜਿੱਥੋਂ ਤੱਕ ਸਾਡਾ ਸੰਘਰਸ਼ ਪਹੁੰਚਿਆ ਹੋਇਆ ਜਿੱਤ ਦੀ ਉਮੀਦ ਹਰ ਇੱਕ ਬੰਦੇ ਤੋਂ ਤੇ ਅਸੀਂ ਉਹ ਉਮੀਦ ਟੁੱਟਣ ਨਹੀਂ ਦੇਣੀ ਉਹ ਉਮੀਦ ਮਰਨ ਨਹੀਂ ਦੇਣੀ ਅਸੀਂ ਆ ਹੁਣ ਆਉਂਦੇ ਆਉਂਦੇ ਨਾ ਇੱਥੇ ਆ ਖੜ ਗਏ ਮੁਰਥਲ ਕੋਲੇ ਅਸੀਂ ਦੁਕਾਨ 'ਚ ਵੜ ਗਏ ਉੱਥੇ ਆਪਣਾ ਰੇਹੜੀ 'ਤੇ ਖੜ ਗਏ ਕੋਈ ਖਾਣ ਪੀਣ ਲੱਗ ਗਏ ਤੇ ਦੁਕਾਨ 'ਚ ਬੜੇ ਮੈਂ ਪੁੱਛਿਆ ਮੈਂ ਕਿਹਾ ਜੀ ਕੀ ਲੱਗਦਾ ਬਾਈ ਜੀ ਮਾਹੌਲ ਕਿਵੇਂ ਆ ਉਹ ਕਹਿੰਦਾ ਬਾਈ 101% ਤੁਸੀਂ ਜਿੱਤੋਗੇ ਜਿੱਤੋਗੇ ਬੋਲੇ ਬੋਲੇ ਹੌਂਸਲਾ ਨਹੀਂ ਅਸੀਂ ਟੁੱਟਣ ਦੇਣਾ ਅਸੀਂ ਹੌਂਸਲਾ ਨਾ ਤੋੜਨ ਵਾਲੀ ਗੱਲ ਕਰਨੀ ਆ ਨਾ ਢਿੱਲੀ ਗੱਲ ਕਰਨੀ ਆ ਦਿੱਲੀ ਦੇ ਜਿਹੜੇ ਮਰਜ਼ੀ ਬੰਦੇ ਨੂੰ ਮਿਲ ਲਓ ਹਰਿਆਣੇ ਦੇ ਜਿਹੜੇ ਮਰਜ਼ੀ ਬੰਦੇ ਨੂੰ ਮਿਲ ਲਓ ਮੁਲਾਜ਼ਮਾਂ ਨੂੰ ਵੀ ਆਪਾਂ ਪੁਲਿਸ ਵਾਲਿਆਂ ਨੂੰ ਵੀ ਮਿਲੇ ਹਾਂ ਹੋਰ ਵੀ ਹਰ ਬੰਦਾ ਕਹਿੰਦਾ ਜਿੱਤੋਗੇ ਜਿੱਤੋਗੇ ਢੈਂਦੀ ਗੱਲ ਦਾ ਕਿਸੇ ਪਾਸੇ ਆ ਹੀ ਨਹੀਂ ਰਹੀ ਤੇ ਸਰਕਾਰੀ ਖਰੀਦ ਦਾ ਕਮੈਂਟ ਆ ਗਈ ਆਵਾਜ਼ਾਂ ਹੋਣ ਨਾ ਜਿੱਤਦੀਆਂ ਤਾਂ ਮੈਨੂੰ ਲੱਗਦਾ ਇੱਕ ਮਿੰਟ ਆਈ ਰੱਖੀ ਹਾਂਜੀ ਪ੍ਰਧਾਨ ਜੀ ਹਾਂਜੀ ਹਾਂਜੀ ਨਹੀਂ ਹੁਣ ਮੈਨੂੰ ਐਂ ਦੱਸ ਦਿਓ ਵੀ ਗੱਲਬਾਤ ਜਮਾਂ ਟੁੱਟ ਗਈ ਜੀ ਕੀ ਗੱਲਬਾਤ ਹੋਈ ਹਾਂਜੀ ਠੀਕ ਆ ਜੀ ਠੀਕ ਆ ਜੀ ਬਾਕੀ ਤੁਸੀਂ ਆ ਜਾਓ ਮੈਂ ਆਉਣਾ ਮੁਰੇ ਸਟੇਜ ਕੋਲੇ ਉੱਥੇ ਗੱਲ ਕਰਦੇ ਜੀ ਆ ਜਾਓ ਲਓ ਜੀ ਖਬਰ ਦੱਸਦਾ ਸਰਜੀਤ ਖੂਰ ਸੀ ਮੇਰੇ ਨਾਲ ਫੋਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਹਾਂਜੀ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਬਹੁਤ ਚੁੱਕੇ ਹੋਏ ਆ ਠੀਕ ਆ ਇੱਥੋਂ ਲੱਗਦਾ ਸਾਡੇ ਹੌਸਲੇ ਦੀ ਗੱਲ ਚੁੱਕੇ ਹੋਏ ਨੇ ਕਹਿੰਦਾ ਇਸ ਗੱਲ ਤੇ ਤਾਂ ਉਹ ਆ ਗਏ ਸੀ ਵੀ ਇਹਦੇ ਬੋਲੇ ਸੋਨੀਆ ਸਤਿ ਸ੍ਰੀ ਅਕਾਲ ਹਾਂ ਬਾਈ ਬੋਲ ਉਹ ਦੱਸਿਆ ਉਹ ਕਹਿੰਦੇ ਵੀ ਤੁਸੀਂ ਅਸੀਂ ਜਿਹੜੀਆਂ ਕਮੀਆਂ ਕਹਿੰਦੇ ਹੋ ਕਾਨੂੰਨ ਦੇ ਵਿੱਚ ਉਹ ਕਮੀਆਂ ਸਾਨੂੰ ਦੱਸ ਦਿਓ ਅਸੀਂ ਕਮੀਆਂ ਸੋਧ ਦਿਆਂਗੇ ਸੋਧਾਂ ਤੇ ਤਾਂ ਆ ਗਏ ਵਾਹ ਜੀ ਵਾਹ ਠੀਕ ਆ ਠੀਕ ਆ ਜਿਹੜੇ ਕਹਿੰਦੇ ਸੀਗੇ ਕਾਨੂੰਨ ਪਿੱਛੇ ਨਹੀਂ ਹਟਣਾ ਅਸੀਂ ਇੱਕ ਕਦਮ ਵੀ ਅੱਜ ਉਹ ਸਰਜੀਤ ਦੱਸਦਾ ਉਹ ਕਹਿੰਦਾ ਬਹੁਤ ਝੁਕੇ ਹੋਏ ਨੇ ਦਵੇ ਹੋਏ ਨੇ ਐਵੇਂ ਨਾ ਕੋਈ ਢਿੱਲੀ ਗੱਲ ਕਰਦਾ ਕਰੋ ਇੱਕੋ ਹੀ ਗੱਲ ਅਸੀਂ ਰੱਖਣੀ ਆ ਯਾਰ ਇੱਕੋ ਹੀ ਗੱਲ ਯਾਰ ਗੁੱਡ ਹਰ ਬੰਦੇ ਦੀ ਇੱਥੋਂ ਇਹ ਆਵਾਜ਼ ਚਾਹੀਦੀ ਆ ਮੇਰੀ ਗੱਲ ਸੁਣ ਲਓ ਵੀ ਜੇ ਗੋਲੀਆਂ ਮਾਰਨੀਆਂ ਸਾਡੀ ਹਿੱਕ 'ਚ ਮਾਰਿਓ ਆ ਕੇ ਹਿੱਕ 'ਚ ਖਾਵਾਂਗੇ ਪਿੱਠ 'ਤੇ ਗੋਲੀ ਨਾ ਮਾਰੇ ਸਾਡੇ 'ਚ ਇਹ ਜਜ਼ਬਾ ਜਨੂੰਨ ਚਾਹੀਦਾ ਠੀਕ ਆ ਨਾ ਐਵੇਂ ਇੱਥੋਂ ਕੋਈ ਢਿੱਲੀ ਗੱਲ ਕਰਕੇ ਜਾਂਦਾ ਆਹ ਹੋ ਗਿਆ ਜੀ ਆਹ ਜਿਵੇਂ ਮੰਤਰੀ ਕਹੀ ਜਾਂਦਾ ਜੀ
ਫੋਰਸਾਂ ਚੜੀਆਂ ਨੇ ਫੋਰਸਾਂ ਆਉਂਦੀਆਂ ਚੜੀਆਂ ਹੋਰ ਹੀ ਛੱਡੀ ਜਾਂਦੇ ਨੇ ਮੰਤਰੀ ਤੇ ਬਾਈ ਅਮਿਤ ਸ਼ਾਹ ਤੇ ਉਹਦੀ ਮੀਟਿੰਗ ਫੋਰਸਾਂ ਖਾ ਜਾਣਗੀਆਂ ਕਿਤੇ ਨਹੀਂ ਉਹ ਬਾਈ ਨਾ ਕਿਹਨੇ ਸਵਾਲ ਪੁੱਛਿਆ ਸਾਡਾ ਫਰਜ਼ ਤੈਨੂੰ ਦੱਸਣ ਦਾ ਬਾਈ ਮੀਟਿੰਗ ਅਮਿਤ ਸ਼ਾਹ ਤੇ ਕੈਪਟਨ ਦੀ ਦੱਸ ਉਹਦੇ ਬਾਰੇ ਮੜਿਆ ਅੱਛਾ ਹਾਂ ਹਾਂ ਅੱਜ ਇੱਕ ਹੋਰ ਸੁਣ ਲਓ ਬਹੁਤ ਜ਼ਰੂਰੀ ਗੱਲ ਯਾਦ ਕਰਦੀ ਬੈਠ ਮੰਤਰੀ ਰੌਲਾ ਨਾ ਪਾਓ ਇਧਰ ਆ ਕੇ ਬੈਠ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅੱਛਾ ਇੱਕ ਗੱਲ ਹੁਣ ਹੋਰ ਜਿਹੜੀ ਬੜੀ ਮਹੱਤਵਪੂਰਨ ਹੈ ਗੱਲ ਦਾ ਤਾਂ ਨਹੀਂ ਪਤਾ ਲੱਗਿਆ ਕਿ ਅੱਜ ਅਮਿਤ ਸ਼ਾਹ ਦੇ ਵਿੱਚ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੇ ਵਿੱਚ ਕੀ ਗੱਲਬਾਤ ਹੋਈ ਆ ਪਰ ਹੁਣ ਸਰਕਾਰ ਇਹ ਘੋਲ ਨੂੰ ਖਤਮ ਕਰਾਉਣ ਦੇ ਲਈ ਨਾ ਕੀ ਚਾਲਾਂ ਚੱਲ ਰਹੀ ਆ ਦੱਸਣਾ ਚਾਹੁੰਦਾ ਮੈਂ ਜੋ ਮੈਨੂੰ ਥੋੜਾ ਮੋਟਾ ਪਤਾ ਲੱਗਿਆ ਉਹ ਪੰਜਾਬ ਸਰਕਾਰ ਰਾਹੀਂ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨ ਆਗੂਆਂ ਤੇ ਜਾਂ ਹੋਰ ਲੋਕਾਂ ਤੇ ਵੀ ਇਹਨੂੰ ਘੋਲ ਨੂੰ ਖਤਮ ਕਰਾਇਆ ਜਾਵੇ ਹੋ ਸਕਦਾ ਇਹ ਕੈਪਟਨ ਨਾਲ ਅਜੇ ਇਹੀ ਗੱਲਬਾਤ ਹੋਈ ਹੋਵੇ ਕੈਪਟਨ ਦੱਸੇ ਜਾਂ ਨਾ ਦੱਸੇ ਇਹ ਆਪਾਂ ਨੂੰ ਪਤਾ ਨਹੀਂ ਹੈਗਾ ਹੋ ਸਕਦਾ ਕੱਲ੍ਹ ਨੂੰ ਬਿਆਨ ਆਵੇ ਜਾਂ ਅੱਜ ਕੋਈ ਬਿਆਨ ਆਵੇ ਹਾਲੇ ਤੱਕ ਕੋਈ ਬਿਆਨ ਦਾ ਆਇਆ ਨਹੀਂ ਆ ਦੂਜੀ ਗੱਲ ਇਹ ਕੀ ਕਰ ਰਹੇ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਆਲੇ ਦੁਆਲੇ ਵੀ ਘੇਰਾ ਬਣਾਉਣਾ ਸ਼ੁਰੂ ਕਰਤਾ ਇਹਨਾਂ ਨੇ ਉਹਨਾਂ ਤੋਂ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜਾਂ ਕੋਈ ਸਿਆਸੀ ਬੰਦਿਆਂ ਤੋਂ ਉਸ ਤਰ੍ਹਾਂ ਦਾ ਦਬਾਅ ਉਸ ਤਰ੍ਹਾਂ ਦਾ ਮਾਹੌਲ ਇਹ ਬਣਾ ਰਹੇ ਨੇ ਕਿ ਇੱਕ ਵਾਰੀ ਹਾਂ ਹਾਂ ਬੋਲੀ ਚੱਲ ਬੋਲੀ ਚੱਲ ਵੀ ਜਿਹੜੇ ਆਗੂ ਨੇ ਆਗੂਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੋੜਿਆ ਜਾਵੇ ਉਹਨਾਂ ਦਾ ਮਨੋਬਲ ਤੋੜ ਦਿਓ ਹੌਸਲਾ ਤੋੜ ਦਿਓ ਜਾਂ ਉਹਨਾਂ ਨੂੰ ਆਸਮੇ ਨਖੇੜ ਦਿਓ ਇਹ ਗੱਲਾਂ ਵੀ ਅਸੀਂ ਜਥੇਬੰਦੀਆਂ ਦਾ ਧਿਆਨ ਚ ਲਿਆਉਣਾ ਚਾਹੁੰਦੇ ਵੀ ਤੁਸੀਂ ਵੀ ਇਸ ਗੱਲ ਨੂੰ ਧਿਆਨ ਚ ਰੱਖਿਓ ਜੇ ਤੁਹਾਡੇ ਤੇ ਕੋਈ ਕਿਸੇ ਪ੍ਰਕਾਰ ਦਾ ਕੋਈ ਦਬਾਅ ਪਾਇਆ ਜਾਂਦਾ ਪ੍ਰੈਸ਼ਰ ਪਾਇਆ ਜਾਂਦਾ ਉਸ ਤਰ੍ਹਾਂ ਦੀ ਗੱਲਬਾਤ ਕੀਤੀ ਜਾਂਦੀ ਤਾਂ ਸਾਰੀ ਸੰਗਤ ਨੇ ਸਾਹਮਣੇ ਸਟੇਜ ਤੇ ਆ ਕੇ ਰੱਖੋ ਗੱਲਾਂ ਇਹ ਗੱਲ ਸਹੀ ਹੈ ਬਈ ਹਾਂ ਕਿਉਂਕਿ ਇਹ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ ਹੁਣ ਇਹ ਗੱਲ ਇਹ ਅੱਜ ਹੁਣ ਇਹ ਵੀ ਤੈਅ ਹੋ ਜਾਊਗਾ ਬਾਦਲ ਦਾ ਆਪਾਂ ਨੂੰ ਪਤਾ ਹੀ ਉਹਨੇ ਡਰਾਮਾ ਜਿਹਾ ਰਚ ਲਿਆ ਜਿਹੜਾ ਅਵਾਰਡ ਜਿਹੜਾ ਸਨਮਾਨ ਵਾਪਸ ਕਰਕੇ ਕੈਪਟਨ ਜਿਹੜਾ ਕਹਿੰਦਾ ਸੀ ਮੈਂ ਤੁਹਾਡੇ ਹੱਕ 'ਚ ਕਾਨੂੰਨ ਬਣਾਤੇ ਆ ਤੇ ਮੈਂ ਤੁਹਾਡੇ ਨਾਲ ਖੜਾ ਮੈਂ ਕਿਸਾਨਾਂ ਨੂੰ ਹਰਨ ਨਹੀਂ ਦਊਂਗਾ ਅੱਜ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਉਹਨੂੰ ਪਤਾ ਲੱਗ ਜੂਗਾ ਵੀ ਉਹਦੇ ਵੀ ਤਲਾਂ 'ਚ ਕਿੰਨਾ ਕੁ ਤੇਲ ਆ ਉਹਦੀਆਂ ਲੱਤਾਂ ਕਿੰਨੀਆਂ ਕੁ ਭਾਰ ਝੱਲਦੀਆਂ ਨੇ ਕੀ ਉਹ ਬਿਆਨ ਦਿੰਦਾ ਆ ਕੇ ਅੱਜ ਨਾਲ ਨਾਲ ਇਹ ਪ੍ਰਾਪੇਗੰਡਾ ਇਹ ਵੀ ਕਰ ਰਹੇ ਨੇ ਅੱਜ ਅਮਿਤ ਸ਼ਾਹ ਦਾ ਬਿਆਨ ਸਾਰਿਆਂ ਨੇ ਤੁਸੀਂ ਸੁਣ ਲਿਆ ਹੋਣਾ ਪੜ੍ਹ ਲਿਆ ਹੋਣਾ ਜਿੰਨੇ ਡੀਜੀ ਨੇ ਸੂਬਿਆਂ ਦੇ ਉਹਨਾਂ ਨੂੰ ਹਦਾਇਤਾਂ ਹੋਈਆਂ ਨੇ ਕਿ ਦੇਸ਼ ਦੇ ਵਿੱਚ ਅੰਦਰੂਨੀ ਕੋਈ ਗੜਬੜ ਹੋ ਸਕਦੀ ਆ ਸੋ ਇਸ ਤਰ੍ਹਾਂ ਦਾ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦੇਣੇ ਇਹ ਇੱਕ ਤਰ੍ਹਾਂ ਦਾ ਘਬਰਾਹਟ ਪੈਦਾ ਕਰਨ ਦੀ ਹੜਬੜਾਹਟ ਜਿਹੜੀ ਹੁੰਦੀ ਆ ਹੌਸਲਾ ਤੋੜਨ ਦੀਆਂ ਗੱਲਾਂ ਉਹੋ ਜਿਹਾ ਮਾਹੌਲ ਜਾਣ ਬੁੱਝ ਕੇ ਇਹ ਕਰਨਗੇ ਇਹਨਾਂ ਦਾ ਗੋਦੀ ਮੀਡੀਆ ਵੀ ਲੱਗਿਆ ਹੋਇਆ ਗੱਲ ਕਰ ਗੋਦੀ ਮੀਡੀਆ ਨੂੰ ਅੱਜ ਇੱਕ ਹੋਰ ਰੰਧਾਵੇ ਕਮਾਲ ਦੀ ਗੱਲ ਹੋਈ ਬਈ ਸੁੱਖ ਅੱਛਾ ਇੱਕ ਰਾਜਸਥਾਨ ਤੋਂ ਚੱਲਿਆ ਆਇਆ ਆਇਆ ਕਾਫਲਾ ਵੱਡਾ ਅੱਛਾ ਉਹ ਕਹਿੰਦਾ ਅਸੀਂ ਤਾਂ ਚੱਲ ਕੇ ਆਏ ਉਧਰ ਲਾਹੋ ਰਾਜਸਥਾਨੀ ਜਾ ਕੀ ਕਹਿੰਦੇ ਰਾਜਸਥਾਨੀਆਂ ਨੂੰ ਉਧਰਲਾ ਬੰਦਾ ਰਾਜਸਥਾਨ ਦਾ ਹੀ ਬਾਗੜੀ ਜਾਂ ਕੋਈ ਹੋਰ ਮਾਰਵਾੜੀ ਮਾਰਵਾੜੀ ਜਾਂ ਕਿਹੜਾ ਹਾਂ ਉਹ ਕਹਿੰਦਾ ਬਈ ਕਹਿੰਦਾ ਇਹ ਸਾਡੇ ਭਰਾਵਾਂ ਨੂੰ ਕਹਿ ਰਹੇ ਨੇ ਇੱਥੇ ਅੱਤਵਾਦੀ ਆ ਗਏ ਅਸੀਂ ਇੱਥੇ ਪਾਕਿਸਤਾਨੀ ਆ ਗਏ ਇੱਥੇ ਖਾਲਿਸਤਾਨੀ ਆ ਗਏ ਇੱਥੇ ਆ ਗਏ ਕਹਿੰਦਾ ਜੇ ਹੱਕ ਮੰਗਣ ਦੀ ਗੱਲ ਤੁਸੀਂ ਕਰਦੇ ਹੋ ਉਹਨੇ ਗੱਲ ਬੜੀ ਠੋਕ ਕੇ ਕੀ ਸਵਾਦ ਆ ਗਿਆ ਕਹਿੰਦਾ ਜੇ ਤੁਸੀਂ ਹੱਕ ਮੰਗਣ ਦੀ ਗੱਲ ਕਰਦੇ ਹੋ ਹਾਂ ਅਸੀਂ ਹੱਕ ਮੰਗਦੇ ਨੂੰ ਤੁਸੀਂ ਖਾਲਿਸਤਾਨੀ ਕਹਿੰਦੇ ਹੋ ਅੱਤਵਾਦੀ ਕਹਿੰਦੇ ਹੋ ਪਾਕਿਸਤਾਨੀ ਕਹਿੰਦੇ ਹੋ ਹਾਂ ਅਸੀਂ ਹੱਕ ਮੰਗਦੇ ਅਸੀਂ ਖਾਲਿਸਤਾਨੀ ਵੀ ਅਸੀਂ ਅੱਤਵਾਦੀ ਵੀ ਅਸੀਂ ਪਾਕਿਸਤਾਨੀ ਵੀ ਵੈਰੀ ਗੁੱਡ ਬਹੁਤ ਵਧੀਆ ਬਈ ਜਦੋਂ ਐ ਹਮਾਇਤ ਰਾਜਸਥਾਨ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਹਰਿਆਣੇ ਦੇ ਲੋਕਾਂ ਤੋਂ ਮਿਲਣ ਲੱਗ ਜੇ ਦੂਜੇ ਲੋਕਾਂ ਤੋਂ ਹਮਾਇਤ ਮਿਲਣ ਲੱਗ ਜੇ ਤਾਂ ਫਿਰ ਸਮਝੋ ਘੋਲ ਜਿੱਤਿਆ ਪਿਆ ਹੁੰਦਾ ਇਹਨਾਂ ਨੇ ਬਾਈ ਇਹਨਾਂ ਨੇ ਬਹੁਤ ਤਾਰ ਪਿੰਡੋ ਇਸ ਗੱਲੋਂ ਕੋੜਨ ਦੀ ਕੋਸ਼ਿਸ਼ ਕੀਤੀ ਵੀ ਇਕੱਲੇ ਪੰਜਾਬ ਦਾ ਘੋਲ ਹੈ ਉਹ ਬਿੱਟੂ ਉਹ ਜਿਹੜਾ ਉਹ ਗੱਲ ਹੀ ਉਹਦੀ ਕੀ ਕਰਨੀ ਆ ਸੜੇ ਹੋਏ ਬੰਦੇ ਦੀ ਉਹ ਇੱਥੇ ਜੀ ਕੇਸ ਦੀ ਦਸਤਾਰਾਂ ਬੰਨ ਕੇ ਜੀ ਇੱਥੇ ਖਾਲਿਸਤਾਨੀ ਆ ਵੜੇ ਜੀ ਇਹ ਹਾਈਜੈਕ ਕਰ ਲਿਆ ਜੀ ਘੋਲ ਉਹਨੂੰ ਉਸ ਮੈਂ ਹੁਣ ਕੀ ਸ਼ਬਦ ਵਰਤਾਂ ਉਸ ਬੰਦੇ ਲਈ ਯਾਰ ਅਸੀਂ ਆਪਦੀ ਜਵਾਨ ਨਹੀਂ ਗੰਦੀ ਕਰਨਾ ਚਾਹੁੰਦੇ ਇਸ ਇਹੋ ਜਿਹੇ ਬੰਦੇ ਬਾਰੇ ਬੋਲ ਕੇ ਉਹੋ ਜਿਹੇ ਬੰਦਿਆਂ ਦਾ ਥੱਲੇ ਲੋਕ ਹੀ ਵੈਸੇ ਬਹੁਤ ਖੰਡ ਪਾ ਦਿੰਦੇ ਆ ਪਰ ਇਹ ਗੱਲਾਂ ਇਹ ਸਾਰੇ ਹੁਣ ਇਸ ਪ੍ਰਾਪੇ ਗੰਡੇ ਤੇ ਆ ਪਛਾਣ ਲਿਓ ਹੁਣ ਆ ਜਿਹੜੇ ਕਹਿੰਦੇ ਆ ਕਿ ਅੱਜ ਦਿੱਲੀ ਦੀ ਹਿੱਕ ਤੇ ਚੜ ਕੇ ਪੰਜਾਬ ਮੌਤ ਦੀਆਂ ਅੱਖਾਂ ਚ ਅੱਖਾਂ ਪਾ ਕੇ ਅੱਜ ਆਪਣੇ ਹੱਕ ਲੈਣ ਲਈ ਆਪਣੇ ਹਕੂਕਾਂ ਲਈ ਆਪਣੇ ਵਜੂਦ ਨੂੰ ਬਚਾਉਣ ਲਈ ਐਂ ਡਟਿਆ ਖੜਾ ਚਤਾਨ ਵਾਂਗ ਤੇ ਜਿਹੜੇ ਬੰਦੇ ਅੱਜ ਪੰਜਾਬ ਚ ਬੈਠੇ ਵੀ ਜਿਹੜੇ ਸਿਆਸੀ ਬੰਦੇ ਨੇ ਚਾਹੇ ਉਹ ਬਾਦਲ ਹੋਣ ਬਾਦਲਾਂ ਦੇ ਹੋਣ ਤੇ ਚਾਹੇ ਆ ਦੂਜਿਆਂ ਦੇ ਕੋਈ ਪ੍ਰਧਾਨਗੀਆਂ ਵੰਡੀ ਜਾਂਦਾ ਕੁਛ ਵੰਡੀ ਜਾਂਦਾ ਇੱਕ ਵਾਰੀ ਰਾਜਸਥਾਨ ਦਾ ਸ਼ਲੋਕ ਸਟੈਂਡ ਵਿਦ ਪੰਜਾਬੀ ਵੀ ਹਰ ਵਕਤ ਪੰਜਾਬੀਆਂ ਨਾਲ ਖੜੇ ਹੈ ਇਹ ਹੁੰਦੀ ਆ ਇਹ ਹੁੰਦਾ ਜਿੱਤ ਦਾ ਜਿਹੜਾ ਸ਼ੁਰੂਆਤ ਹੋ ਚੁੱਕੀ ਆ ਆਪਣੇ ਸੰਘਰਸ਼ ਦੀ ਤੇ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਹੁਣ ਤੁਸੀਂ ਪਛਾਣ ਲੈਣਾ ਪੰਜਾਬ ਵਾਲਿਓ ਹਰਿਆਣੇ ਵਾਲਿਓ ਜਿਹੜੇ ਅੱਜ ਇਸ ਘੋਲ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਆਪਦੀਆਂ ਰੋਟੀਆਂ ਸੇਕਣ ਦੇ ਲੱਗਿਆ ਬਿਆਨਬਾਜ਼ੀਆਂ ਕਰਕੇ
ਉਹਨਾਂ ਤੋਂ ਵੀ ਸੁਚੇਤ ਰਹਿਣਾ ਗਰੇਜ ਕਰਨੀ ਬਈ ਇੱਕ ਕਮੈਂਟ ਆਈ ਨਾ ਵੀ ਇਹ ਸਰਕਾਰੀ ਖਰੀ ਇੱਕ ਨਿੱਕਾ ਸਵਾਲ ਬੰਦੇ ਦਾ ਹੁਣੇ ਆਇਆ ਕਿ ਜਿਹੜੇ ਉੱਥੋਂ ਟਰਾਲੀਆਂ ਲੈ ਕੇ ਆਉਂਦੇ ਸਾਈਡ ਤੇ ਰੋਕ ਕਰਨ ਕੇ ਬਹੁਤ ਵੱਡੇ ਐਕਸੀਡੈਂਟ ਹੁੰਦੇ ਆ ਕਿ ਸਾਈਡ ਤੇ ਮਾੜਾ ਕੋ ਹਾਂ ਐਕਸੀਡੈਂਟ ਬੜੇ ਡੈਥ ਹੋ ਗਈ ਉਹਦੇ ਬਾਰੇ ਧਿਆਨ ਨਾਲ ਆਉਣਾ ਕੱਲੀ ਸਰਕਾਰੀ ਖਰੀਦ ਬਾਰੇ ਕਮੈਂਟ ਆ ਬਈ ਨਾਲ ਆਇਆ ਕਰੋ ਆਪਣੇ ਇੱਕ ਮੁੰਡਾ ਵਿਚਾਰਾ ਰਾਤ ਜਿਹੜਾ ਉਹਦੇ ਐਕਸੀਡੈਂਟ ਨਾਲ ਮੌਤ ਹੋਈ ਆ ਤੂੰ ਕਿਹੜੀ ਕਹਿੰਦਾ ਸੀ ਕਮੈਂਟ ਆਇਆ ਵੀ ਸਰਕਾਰੀ ਖਰੀਦ ਜੇ ਕੱਲੀ ਦਿੰਦੇ ਫਿਰ ਆਪਾਂ ਮੰਨ ਜਾਾਂਗੇ ਐ ਕਮੈਂਟ ਲੱਖੇ ਬਾਈ ਤੋਂ ਪੁੱਛੋ ਤਿੰਨੇ ਮਾਂ ਤਿੰਨੇ ਕਮੁੰਡਾ ਦੋਨੇ ਵੀ ਪੁੱਛੇ ਕਮੈਂਟ ਐ ਕਾਟਾ ਨਹੀਂ ਵੱਜਦਾ ਉਹ ਵੀ ਸੰਸਦ ਦੇ ਵਿੱਚ ਇਹ ਬੁਲਾਉਣ ਹਾਂ ਉੱਥੇ ਬੁਲਾ ਕੇ ਸੰਸਦ ਬੁਲਾ ਕੇ ਉੱਥੇ ਕਾਨੂੰਨ ਨੂੰ ਰੱਦ ਕਰਨ ਵੀ ਆਹ ਲਓ ਜੀ ਆਹ ਕਾਨੂੰਨ ਰੱਦ ਹੈ ਇੱਕ ਇੱਕ MLA ਕੱਲ ਸਾਨੂੰ ਮਿਲਿਆ ਗਾ BJP ਦਾ ਹਰਿਆਣੇ ਦਾ ਉਹ ਅਸਤੀਫਾ ਦੇ ਗਿਆ ਉਹ ਕਹਿੰਦਾ ਥੋੜੇ ਦਿਨਾਂ 'ਚ ਸਰਕਾਰ ਵੀ ਡਿੱਗ ਸਕਦੀ ਆ ਖੱਟਰ ਦੀ ਉਹਦੇ ਬਾਰੇ ਕੀ ਆ ਹਰਿਆਣੇ ਦੀਆਂ ਜਿੰਨੀਆਂ ਆਹ ਹੈਗੀਆਂ ਖਾਪ ਪੰਚਾਇਤਾਂ ਨੇ ਹਰਿਆਣੇ ਦੇ ਜਿਹੜੇ ਉਹਨਾਂ ਨੇ ਵੀ ਐਲਾਨ ਕੀਤਾ ਵੀ ਅਸੀਂ ਪਿੰਡੋ ਪਿੰਡੀ ਜਾ ਕੇ ਪ੍ਰਚਾਰ ਕਰਾਂਗੇ ਵੀ ਜਿਹੜਾ ਅੱਜ MLA ਬਣਿਆ ਹੋਇਆ ਤੇ MP ਬਣਿਆ ਹੋਇਆ ਜੇ ਅੱਜ ਨਹੀਂ ਕਿਸਾਨਾਂ ਨਾਲ ਖੜੂਗਾ ਤਾਂ ਅਸੀਂ ਉਹਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹੀ ਐਲਾਨ ਅੱਜ ਪੰਜਾਬ ਦੇ ਵਿੱਚ ਯਾਰ ਲੀਡਰ ਕੀ ਹੁੰਦਾ ਬਾਈ ਲੀਡਰ ਕੀ ਹੁੰਦਾ ਆਪਾਂ ਕਹਿੰਦੇ ਲੀਡ ਕਰਨੀ ਅਗਵਾਈ ਕਰਨੀ ਹੈ ਨਾ ਪ੍ਰਮੋਟ ਹੋਊਗਾ ਅਗਵਾਈ ਦੀ ਗੱਲ ਲੀਡਰ ਕਹਾਉਂਦੇ ਆ ਆਪਣੇ ਆਪ ਨੂੰ ਆਗੂ ਕਹਾਉਂਦੇ ਆ ਜਦੋਂ ਕੁਰਸੀਆਂ ਲੈਣੀਆਂ ਨੇ ਵਜ਼ੀਰੀਆਂ ਲੈਣੀਆਂ ਨੇ ਨਜ਼ਾਰੇ ਲੈਣੇ ਨੇ ਉਦੋਂ ਤੁਸੀਂ ਆਗੂ ਹੁੰਦੇ ਆ ਅੱਜ ਜੇ ਲੋਕਾਂ ਨੂੰ ਹੱਕ ਦਵਾਉਣੇ ਆ ਅੱਜ ਉਹ ਆਗੂ ਕਿੱਥੇ ਨੇ ਮੈਂ ਅੱਜ ਇੱਥੋਂ ਮੈਂ ਉਦਾਂ ਹੀ ਬੋਲਿਆ ਸੀਗਾ ਗੁਰਜੀਤ ਔਜਲਾ ਆਇਆ ਗੁਰਜੀਤ ਔਜਲੇ ਦੇ ਮਗਰ ਮੁੰਡਿਆਂ ਨੇ ਉਹਨੂੰ ਪੈ ਕੇ ਉਹਨੂੰ ਦਬਲਿਆ ਉਹ ਗਲਤ ਆ ਕੋਈ ਵੀ ਆਗੂ ਆਉਂਦਾ ਇੱਥੇ ਆ ਕੇ ਮੈਂ ਕਹਿੰਦਾ ਜਿੰਨੇ 117 ਦੇ 117 MLA ਜਿੰਨੇ 13 ਦੇ 13 MP ਉਹਦੇ ਵਿੱਚੋਂ BJP ਵਾਲੇ ਕੱਢ ਲਓ MLA ਦੇ MPਾਂ ਦੇ ਵਿੱਚੋਂ ਬਾਕੀਆਂ ਨੂੰ ਕੀ ਸੱਪ ਸਮਝ ਗਿਆ ਬਈ ਉੱਥੋਂ ਬੈਠੇ ਤੁਸੀਂ ਪੰਜਾਬ 'ਚੋਂ ਬਿਆਨ ਦਾਗੀ ਜਾਂਦੇ ਹੋ ਅਸੀਂ ਕਿਸਾਨਾਂ ਦੇ ਨਾਲ ਹਾਂ ਅਸੀਂ ਕਿਸਾਨਾਂ ਦੇ ਨਾਲ ਹੈ ਗੱਲਾਂ 'ਚ ਨਾਲ ਹੋ ਇੱਥੇ ਆ ਕੇ ਬੈਠੋ ਪਤਾ ਲੱਗੇ ਦਿਨ ਰਾਤ ਉੱਥੇ ਮੂਹਰੇ ਆ ਕੇ ਤੁਸੀਂ ਬੈਠੋ ਜਮ੍ਹਾਂ ਜਿੱਥੇ ਤਾਰਾਂ ਲੱਗੀਆਂ ਉੱਥੇ ਆ ਕੇ ਬੈਠੋ ਤੁਸੀਂ ਉੱਥੇ ਬਿਆਨ ਦਿਓ ਵੀ ਹਾਂ ਉਹ ਸਾਡੇ ਮਾਰੋ ਗੋਲੀ ਆ ਕੇ ਜਿਹਨੇ ਮਾਰਨੀ ਹੈ ਅੱਜ ਲੋੜ ਆ ਸਾਨੂੰ ਇਹ ਹੁੰਦੀ ਆ ਲੀਡ ਕਰਨਾ ਅਗਵਾਈ ਕਰਨਾ ਆਗੂ ਜਿਹੜੇ ਹੁੰਦੇ ਨੇ ਜਿੰਨੀਆਂ ਕੌਮਾਂ ਦੇ ਆਗੂ ਜਰਨੈਲ ਹੁੰਦੇ ਨੇ ਉਹ ਜਰਨੈਲ ਅੱਗੇ ਲੱਗ ਜਾਂਦੇ ਨਾ ਕੇ ਬੈਠੇ ਪਿੱਛੇ ਬਿਆਨ ਦਾਗੀ ਜਾਣ ਅੱਜ ਬਿਆਨ ਬੂਨ ਦਾਗਣ ਵਾਲਾ ਤੁਹਾਡਾ ਸਮਾਂ ਨਹੀਂ ਹੈਗਾ ਆ ਜਾਓ ਤੁਸੀਂ ਇੱਥੇ ਆ ਕੇ ਬੈਠੋ ਕੇਜਰੀਵਾਲ ਬਾਰੇ ਦੱਸਿਆ ਕਹਿੰਦਾ ਵੀ ਛੋਟੇ ਮੁਲਾਜ਼ਮਾਂ ਨੂੰ ਦਿੱਲੀ ਗਏ ਕਿਸਾਨਾਂ ਦੀ ਰਿਪੋਰਟ ਕਰਨ ਲਈ ਸਰਕਾਰੀ ਫਰਮਾਨ ਜਾਰੀ ਕਰ ਦਿੱਤਾ ਹੈ ਇਸ ਬਾਰੇ ਵੀ ਦੱਸ ਦਿਓ ਕਹਿੰਦਾ ਕੁਛ ਕਰਨਗੇ ਸੁੱਖ ਮੁਕੱਦਮੇ ਵੀ ਦਰਜ ਕਰਨਗੇ ਪੂਰਾ ਪੜਤਾਲ ਕਰਦੇ ਫਿਰਦੇ ਆ ਇਹਨਾਂ ਦਾ ਸਾਰਾ ਪੂਰਾ ਇਕੱਠਾ ਕਰਦੇ ਫਿਰਦੇ ਆ ਸਾਰਾ ਹਿਸਾਬ ਕੁਛ ਨਹੀਂ ਹੁੰਦਾ ਯਾਰ ਕਰੀ ਜਾਣ ਦੇ ਇਹ ਤੋਂ ਡਰਨਾ ਰੁਣਨਾ ਨਹੀਂ ਹੈਗਾ ਮੈਂ ਫਿਰ ਕਹਿੰਦਾ ਕੋਈ ਗੱਲ ਨਹੀਂ ਕਰਨ ਦੇ ਜਿਹੜਾ ਰਿਕਾਰਡ ਰਿਕੂਡ ਇਕੱਠਾ ਕਰਦੇ ਆ ਕਰ ਲਓ ਕੀ ਕਰਨਾ ਉਹ ਯਾਰ ਅਸੀਂ ਤੁਸੀਂ ਰਿਕਾਰਡਾਂ ਦੀ ਗੱਲ ਕਰ ਰਹੇ ਤੁਸੀਂ ਉਹਨੂੰ ਮਾਰ ਹੀ ਦੇਣਾ ਜੇ ਸਾਡੀਆਂ ਜ਼ਮੀਨਾਂ ਖੋਹੀਆਂ ਗਈਆਂ ਸਾਡਾ ਪੰਜਾਬ ਦੀ ਤੁਸੀਂ ਨਸਲ ਕੁਛ ਹੀ ਕਰਨ ਦੇ ਤੁਰੇ ਹੋਏ ਸਾਡੀ ਨਸਲ ਘਾਤਨੇ ਫਿਰ ਕਿਹੜਾ ਹੀ ਬਚਾਂਗੇ ਗੱਲ ਅੱਜ ਇਕੱਲੇ ਪਰਚਿਆਂ ਦੀ ਆ ਗਈ ਕਿ ਪਰਚੇ ਨਾ ਦੇ ਦੇਣ ਅੰਦਰ ਨਾ ਭੇਜ ਦੇਣ ਐਂ ਨਾ ਕਰ ਦੇਣ ਡਾਂਗਾਂ ਨਾ ਮਾਰਨ ਗੋਲੀ ਉਹ ਫਿਰ ਕਿਹੜਾ ਹੀ ਬਚਾਂਗੇ ਮਾਰ ਤਾਂ ਇਹਨੇ ਬਹਿ ਹੀ ਸਾਨੂੰ ਦੇਣਾ ਤੇ ਉਹ ਲੜਕੀ ਮਰ ਗਏ ਕਿਉਂ ਅਸੀਂ ਐਂ ਘਰੇ ਬਹਿ ਕੇ ਕਿਉਂ ਮਰ ਗਏ ਸਹੀ ਹੈ ਇਹ ਕੇਜਰੀਵਾਲ ਬਾਰੇ ਸਵਾਲ ਆ ਜਾਂਦਾ ਵੀ ਉਹ ਕਿਵੇਂ ਮਦਦ ਕਰ ਰਿਹਾ ਤੁਹਾਡੀ ਦਿੱਲੀ 'ਚ ਯਾਰ ਕੇਜਰੀਵਾਲ ਬਾਰੇ ਨਾ ਇੱਕ ਮੈਨੂੰ ਉਹ ਪੱਕਾ ਨਹੀਂ ਹਾਲੇ ਸਪਸ਼ਟ ਹੈਗਾ ਰੰਧਾਵੇ ਮੈਂ ਉਹ ਜਿਹੜਾ ਉਹ ਕਹਿੰਦੇ ਇੱਕ ਕਾਨੂੰਨ ਉਹਨਾਂ ਨੇ ਮੰਨ ਲਿਆ ਉਹ ਹੈਗੀ ਗੱਲਬਾਤ ਪਤਾ ਤੁਹਾਨੂੰ ਕੁਛ ਨਹੀਂ ਵਿੱਚ ਵਿੱਚ ਕਲੀਅਰ ਨਹੀਂ ਉਹਦੇ ਬਾਰੇ ਨਹੀਂ ਬਈ ਕਲੀਅਰ ਪੋਸਟਾਂ ਚ ਪਾਈਆਂ ਚੈਨਲ ਦੇ ਕਲੀਅਰ ਨਹੀਂ ਮੈਂ ਹਾਂ ਉਹਦੇ ਬਾਰੇ ਨਹੀਂ ਪਤਾ ਲੈ ਵੀ ਕੀ ਗੱਲਬਾਤ ਆ ਵੀ ਉਹ ਉਹਨੂੰ ਇੱਥੇ ਆਉਣਾ ਚਾਹੀਦਾ ਧਰਨੇ 'ਚ ਜਾਂ ਉਹ ਚਾਹੀਦਾ ਮੈਂ ਤਾਂ ਯਾਰ ਉਹੀ ਗੱਲ ਕਰ ਹਰ ਇੱਕ ਲੀਡਰ ਆਵੇ ਮੈਂ ਕਹਿੰਦਾ ਹਰ ਇੱਕ ਲੀਡਰ ਆਵੇ ਚਾਹੇ ਨਾ 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 ਹਟ ਗਏ ਹਟ ਗਏ ਹਟ ਗਏ ਬਈ ਉਹ ਪਹਿਲੇ ਉਹ ਮੇਰੀ ਵੀ ਗੱਲ ਸੁਣ ਕੇ ਸਵਾਲ ਹੈਲੋ ਜਿਹੜਾ ਵੀ ਲੀਡਰ ਕਹਿੰਦਾ ਉਹ ਚਾਹੇ ਬਾਦਲਾਂ ਦਾ ਚਾਹੇ ਕਾਂਗਰਸ ਦਾ ਤੇ ਚਾਹੇ ਝਾੜੂ ਦਾ ਤੇ ਚਾਹੇ ਹੋਰ ਪਾਰਟੀਆਂ ਦਾ ਜਿਹੜਾ ਵੀ ਲੀਡਰ ਅੱਜ ਕਹਿੰਦਾ ਕਿ ਮੈਂ ਉੱਥੇ ਆਉਣਾ ਚਾਹੁੰਦਾ ਮੈਂ ਵਿੱਚ ਬੈਠੂੰਗਾ ਅੰਦੋਲਨ ਚਾਹੇ ਮਹੀਨਾ ਚੱਲੇ ਚਾਹੇ ਦੋ ਮਹੀਨੇ ਚੱਲੇ ਜਿੰਨਾ ਚਿਰ ਮਰਜ਼ੀ ਚੱਲੇ ਮੈਂ ਨਹੀਂ ਉੱਥੋਂ ਹਿੱਲੂੰਗਾ ਲੈ ਇੱਥੇ ਆ ਕੇ ਬਹਿ ਜੇ ਸਾਡੇ ਨਾਲ ਸੰਪਰਕ ਕਰ ਲਓ ਜੇ ਤੁਹਾਨੂੰ ਕੋਈ ਉਹ ਇਹ ਕਹੇਗਾ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਬਸ ਠੀਕ ਆ ਬਈ ਆਉਣ ਆਉਣ ਦੇ ਯਾਰ ਨਹੀਂ ਬੈਠੋ ਨਾ ਪੱਕੇ ਲਾਉਣਾ ਲੋਕ ਆਓ ਬੈਠੋ ਆ ਕੇ ਬੋਲਣ ਹਾਂ ਸਟੇਜ ਤੋਂ ਹੀ ਕਿਸੇ ਨੇ ਬੋਲਣ ਦੇਣਾ ਉਹ ਜਥੇਬੰਦੀਆਂ ਦਾ ਬਕਾਇਦਾ ਤੌਰ ਤੇ ਐਲਾਨ ਹੈ ਵੀ ਕੋਈ ਵੀ ਸਿਆਸੀ ਬੰਦਾ ਸਟੇਜ ਤੋਂ ਨਹੀਂ ਬੋਲੂਗਾ ਬੈਠ ਬਹਿਣਾ ਕੀ ਨੇ ਯਾਰ ਇੱਥੇ ਆ ਕੇ ਆਉਂਦੇ ਵੀ ਆ ਤਾਂ ਮਾੜਾ ਮੋਟਾ ਅੱਧਾ ਘੰਟਾ ਲਾ ਕੇ ਦੋ ਫੋਟੋਆਂ ਕਰਾ ਕੇ ਵੀ ਹਾਂ ਕਿਸਾਨਾਂ ਨਾਲ ਬੈਠੇ ਕਿਸਾਨਾਂ ਨਾਲ ਬੈਠੇ ਐਂ ਨਹੀਂ ਇੱਥੇ ਦਿਨ ਰਾਤ ਸਾਨੂੰ ਹਾਇਰ ਚਾਹੀਦੀਆਂ ਚੌਵੀ ਚੌਵੀ
12 ਘੰਟਿਆਂ ਬਾਅਦ ਤੁਹਾਡੀ ਰਿਪੋਰਟ ਲੈ ਕਰਾਂਗੇ, ਹਾਰੀ ਲਾਇਆ ਕਰਾਂਗੇ, ਤੁਹਾਡੀ ਹਾਰੀ ਲਾਇਆ ਕਰਾਂਗੇ, 12 ਘੰਟਿਆਂ ਬਾਅਦ ਬੈਠੇ ਆ ਪਏ ਆ ਸੜਕਾਂ ਤੇ ਨਹੀਂ ਪਏ ਦੀਪ ਸਿੱਧੂ ਬਾਰੇ ਬਾਲੇ ਹਾਂ ਸਵਾਲ ਆਏ ਬਾਲੇ ਸਵਾਲ ਪੁੱਛਿਆ ਦੀਪ ਵੀ ਆਪਣਾ ਭਰਾ ਸੰਘਰਸ਼ ਦੇ ਵਿੱਚ ਵੀ ਨਾਲ ਆ ਕੋਈ ਗੱਲ ਨਹੀਂ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਨਾ ਅੱਜ ਕਰਨ ਦਾ ਵੀਰੇ ਵਕਤ ਨਹੀਂ ਹੈਗਾ ਅੱਜ ਦਾ ਕੋਈ ਵੀ ਗੱਲ ਅਸੀਂ ਇਹੋ ਜਿਹੀ ਨਹੀਂ ਕਰਨੀ ਚਾਹੁੰਦੇ ਜਿਹਦੇ ਨਾਲ ਕੋਈ ਅਗਲੇ ਨੂੰ ਬਿਲਡ ਮਿਲੇ ਸਰਕਾਰਾਂ ਨੂੰ ਕੋਈ ਉਹਨਾਂ ਨੂੰ ਮਾਹੌਲ ਇਹੋ ਜਿਹਾ ਬਣਾਉਣ ਦਾ ਮੌਕਾ ਮਿਲ ਜੇ ਕਿ ਤਾਂ ਉਸ ਮੈਂ ਹੋ ਗਿਆ ਉਹ ਹੋ ਗਿਆ ਪਾਰਟ ਕੇ ਕੋਈ ਚੱਕਰ ਨਹੀਂ ਮੈਂ ਹੁਣੇ ਕਹਿ ਰਹਾ ਸਾਰੇ ਨਾਲ ਆ ਬਾਈ ਇੱਕ ਬੰਦਾ ਫੋਨ ਤੇ ਕਹਿੰਦਾ ਅਸੀਂ ਮਜ਼ਦੂਰ ਪੰਜਾਬ ਦੀ ਯੂਨੀਅਨ ਦਾ ਉਹ ਪ੍ਰਧਾਨ ਆ ਵੀ ਅਸੀਂ ਸਾਰੇ ਮਜ਼ਦੂਰ ਰੈਡੀ ਆ ਫੋਨ ਤੇ ਲਾਈਨ ਤੇ ਆਓ ਵੀ ਕਿਸਾਨ ਵੀਰਾਂ ਨੂੰ ਅਪੀਲ ਕਰ ਦੋ ਵੀ ਟਰਾਲੀਆਂ ਦੇਣ ਸਾਨੂੰ ਆਹ ਕਰਿਓ ਜੀ ਗੱਲ ਅੱਖੇ ਬਈ ਨਾ ਕਰਿਓ ਹਾਂ ਬਾਈ ਹਾਂ ਲੈ ਸੁਣਿਓ ਹੁਣ ਸੁਣਿਓ ਆਹ ਗੱਲ ਸਪੀਕਰ ਨੂੰ ਕਰ ਦਿਓ ਹੋਰ ਗੱਲ ਖੜੀ ਹੋਈ ਟਰਾਲੀਆਂ ਕਹਿੰਦਾ ਹਾਂਜੀ ਬਾਈ ਜੀ ਹਾਂ ਹਾਂ ਬਾਈ ਲੱਖਾ ਬੋਲਦਾ ਜੀ ਠੀਕ ਹੈ ਬਾਈ ਤੁਸੀਂ ਕਿੱਥੇ ਕਿਹੜੇ ਜ਼ਿਲ੍ਹੇ 'ਚ ਇਕੱਠੇ ਹੋਏ ਹੋ ਮੈਂ ਬਾਈ ਹੁਣੀ ਅਪੀਲ ਕਰਦਾ ਵੀ ਜਿਹੜੇ ਮਜ਼ਦੂਰ ਭਰਾ ਵਿਚਾਰੇ ਕੋਲ ਨਹੀਂ ਆ ਹੁੰਦਾ ਹੈ ਨਾ ਮੈਂ ਹੁਣੀ ਅਪੀਲ ਕਰਦਾ ਬਾਈ ਸੋ ਆਪਣੇ ਪੰਜਾਬ ਤੋਂ ਸੀਗੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਬੇਨਤੀ ਹੈ ਕਿ ਯਾਰ ਅਸੀਂ ਆਉਣਾ ਚਾਹੁੰਦੇ ਹਾਂ ਪਰ ਆਪਾਂ ਨੂੰ ਪਤਾ ਕਿ ਮਜ਼ਦੂਰ ਜਿਹੜਾ ਬੰਦਾ ਹੈਗਾ ਉਹਦੇ ਕੋਲ ਓਡੀ ਪਹੁੰਚ ਨਹੀਂ ਹੈਗੀ ਦਿੱਲੀ ਤੱਕ ਉਹ ਆ ਸਕੇ ਮੈਂ ਵਾਰ ਵਾਰ ਬੇਨਤੀ ਬਾਹਰਲਿਆਂ ਨੂੰ ਫਿਰ ਕਰਦਾ ਆ ਫਿਰ ਸੁਣ ਲਓ ਯਾਰ ਮਜ਼ਦੂਰ ਪਿੰਡਾਂ 'ਚੋਂ ਆਉਣਾ ਚਾਹੁੰਦੇ ਉਹਨਾਂ ਕੋਲ ਟਰਾਲੀਆਂ ਟਰੈਕਟਰਾਂ ਦਾ ਪ੍ਰਬੰਧ ਨਹੀਂ ਹੈਗਾ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾਂ ਨੂੰ ਕਹੋ ਵੀ ਟਰਾਲੀਆਂ ਲੈ ਕੇ ਜਾਓ ਮਜ਼ਦੂਰਾਂ ਨੂੰ ਨਾਲ ਚੜਾਓ ਤੇਲ ਖਾਤਰ ਪੈਸੇ ਤੁਸੀਂ ਭੇਜ ਦਿਓ ਇਹ ਗੱਲ ਕਰਨ ਵਾਲੀ ਜਿਹੜੀ ਕਰਨ ਵਾਲੀ ਹੈ ਤੁਸੀਂ ਤੁਹਾਨੂੰ ਤਾਂ ਕਿ ਕੋਈ ਵਰਗ ਇੱਥੇ ਰਹੇ ਨਾ ਜਿਹੜਾ ਜਿਹੜਾ ਆਉਣਾ ਵੀ ਚਾਹੁੰਦਾ ਪਰ ਉਹਦੀ ਮਜਬੂਰੀ ਆ ਆ ਨਹੀਂ ਸਕਦਾ 12000 ਪਿੰਡ ਇੱਕ ਪਿੰਡ ਜੋ ਕਟਾਲੀ ਦਾ 12 ਟਾਲੀ ਬਣ ਜਾਂਦੀ ਹੈ ਬਿਲਕੁਲ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਬਾਈ ਹਾਂ 12000 ਸਾਢੇ 12 13000 ਪਿੰਡ ਹੈ 13 ਸਮਥਿੰਗ 12 ਮੰਨ ਕੇ ਚੱਲੋ ਇੱਕ ਪਿੰਡ ਜੋ ਕਟਾਲੀ ਦਾ 12000 ਕੁਛ ਹਾਂ ਤਾਂ ਹੋਰ ਬਾਈ ਕੋਈ ਬਸ ਠੀਕ ਆ ਬਸ ਸੁਣ ਬਸ ਬਹੁਤ ਬਹੁਤ ਲੰਬਾ ਹੋ ਗਿਆ ਆਪਣਾ ਕੰਮ ਸਾਰੇ ਮੇਰੇ ਵੀਰ ਸਨੇਹਾ ਜਿਹੜੇ ਤੁਸੀਂ ਬੈਂਡਰੀ ਕੋਲੇ ਰੱਖ ਚਾਹ ਦਿਓ ਸਾਰਿਆਂ ਤੱਕ ਨਾ ਜ਼ਰੂਰੀ ਗੱਲਾਂ ਨੇ ਵਿੱਚ ਇਹਦੇ ਚ ਬਾਅਦ ਚ ਪਛਤਾਓਗੇ ਹੋਣ ਦੀ ਲੜਾਈ ਆ ਪੰਜਾਬ ਦੀ ਲੜਾਈ ਆ ਪੱਲੇ ਕੱਖ ਨੀ ਰਹਿਣਾ।